ਆਹ ਜਿਹੜਾ ਵੀਡੀਓ ਹੈਗਾ ਇਹ ਲੜਕਿਆਂ ਲਈ ਆ, ਹੈ ਨਾ, ਜਿਹੜੇ ਉਹ ਸੋਚਦੇ ਉਹਦੀ ਬੀਵੀ ਆ ਉਹ ਘਰ ਬੈਠੀ ਆ, ਭਾਵੇਂ ਉਹ ਅਨਪੜ੍ਹ ਆ ਜਾਂ ਉਹ ਪੜ੍ਹੀ ਲਿਖੀ ਆ, ਸ਼ਾਇਦ ਉਹਦੇ ਛੇਤਰ ਥੱਲੇ ਆ। ਜੋ ਤੁਸੀਂ ਮੈਨੂੰ ਇੱਕ ਇਟਲੀ ਤੋਂ ਕਾਲ ਆਈ, ਕੁੜੀ ਨੇ ਦੱਸਿਆ ਮੈਨੂੰ ਕਿ ਉਹਦੇ ਆਦਮੀ ਨੇ ਇੱਕ ਥੱਪੜ ਮਾਰਿਆ, ਹੈ ਨਾ, ਉਹ ਥੱਪੜ ਇੰਨਾ ਉਹਦੇ ਦਿਲ 'ਤੇ ਲੱਗਾ ਕਿ ਉਹ ਬਾਹਰ ਨਿਕਲ ਤੁਰੀ। ਉਹ ਭਾਵੇਂ ਜਿਵੇਂ ਪੱਥਰ ਮੱਛੀ ਪੱਥਰ ਚੱਟ ਕੇ ਮੁੜਦੀ ਹੈ, ਭਾਵੇਂ ਇੱਦਾਂ ਹੀ ਮੁੜੇ, ਪਰ ਜੇ ਉਹਦੀ ਥੱਪੜ ਮਾਰਦੇ ਨਾ, ਤੁਸੀਂ ਇਹ ਜ਼ਰੂਰ ਸੋਚਿਓ ਕਿ ਜਿਸ ਔਰਤ ਨੂੰ ਮਾਰਨ ਦੇ ਜੇ ਉਹਦੇ ਅੰਦਰ ਪਹਾੜ ਜਿੰਨੀ ਸੀਮਾ ਹੈਗੀ ਆ, ਹੈ ਨਾ, ਅਤੇ ਤੁਸੀਂ ਸੋਚ ਲਿਆ ਕਿ ਉਹ ਕਰਦੀ ਚੀਜ਼ ਆ, ਕੋਈ ਗੱਲ ਨਹੀਂ, ਜਦੋਂ ਮਰਜ਼ੀ ਮਾਰ ਲਓ ਜਾਂ ਕੁਛ ਕਰੋ ਜਾਂ ਇੱਜ਼ਤ ਦੇ ਖਿਲਾਫ਼ ਕੁਛ ਲਬਜ ਬੋਲ ਦਿਉ, ਤੁਹਾਨੂੰ ਪਤਾ ਨਹੀਂ ਹੈ ਕਿ ਤੁਹਾਡੀ ਇੱਜ਼ਤ ਕਿੱਥੇ ਕਿੱਥੇ ਨਿਲਾਮ ਹੋ ਜਾਂਦੀ ਆ। ਅਤੇ ਇਸ ਕਰਕੇ ਜਦੋਂ ਵੀ ਜੇ ਇੱਜ਼ਤ ਸੰਭਾਲਣੀ ਆ ਤਾਂ ਉਹਨਾਂ ਨੂੰ ਥੱਪੜ ਮਾਰਨ ਦੀ ਬਜਾਏ ਪਿਆਰ ਨਾਲ ਦੋ ਲਬਜ ਸਮਝਾ ਲਿਆ ਕਰੋ। ਦੂਸਰਾ, ਤੁਸੀਂ ਕੁਸ਼ਚਨ ਨਾ ਪੁੱਛੋ, ਸਿਰਫ ਕਹਾਣੀ ਸੁਣੋ। ਕੁਸ਼ਚਨ ਤੁਸੀਂ ਆਪਣੇ ਆਪ ਕੋ ਪੁੱਛਣਾ ਵਾ, ਹੈ ਨਾ, ਕਿਉਂਕਿ ਕਹਾਣੀਆਂ ਬਹੁਤ ਜ਼ਿਆਦਾ ਨੇ, ਅੱਗੇ ਵੀ ਤੁਰਦੀਆਂ ਰਹਿਣੀਆਂ ਨੇ, ਕਿਉਂਕਿ ਜੇ ਮੈਂ ਕਹਾਣੀਆਂ 'ਚ ਜ਼ਿਆਦਾ ਉਲਝ ਗਈ ਤਾਂ ਬਹੁਤ ਕੁਝ ਸੱਚ ਵੀ ਸਾਹਮਣੇ ਆਉਂਦਾ ਵਾ ਕਿ ਤੁਹਾਡੀ ਅਸਲੀ ਔਕਾਤ ਕੀ ਆ, ਕਿੱਥੋਂ ਪਲਦੇ ਨੇ ਅਤੇ ਕੀ ਹੁੰਦਾ ਵਾ, ਉਹ ਵੀ ਸਾਰਿਆਂ ਨੂੰ ਪਤਾ ਹੈਗਾ। ਅੱਜ ਇਸ ਤਰ੍ਹਾਂ ਦੀ ਮਿਲਦੀ ਗਿਲਦੀ ਕਹਾਣੀ ਮੈਂ ਸੁਣਾਉਂਗੀ ਤੁਹਾਨੂੰ, ਹੋਰ ਲੈ ਕੇ ਆਊਂਗੀ। ਕਿਸੇ ਨੇ ਮੈਨੂੰ ਇਟਲੀ ਤੋਂ ਕਾਲ ਕੀਤੀ ਸੀ ਅਤੇ ਉਹ ਕਹਾਣੀ ਲੈ ਕੇ ਸ਼ਾਇਦ ਸੁਣਾਉਣੀ ਹੁਣੇ। ਅਤੇ ਇਹ ਕਰਕੇ ਤੁਸੀਂ ਇਹ ਦੱਸਣ ਦੀ ਬਜਾਏ, ਇਹ ਕੁਸ਼ਚਨ ਜਾਂ ਇਹ ਦਬਕਾ ਜਾਂ ਇੱਦਾਂ ਮਾਰਨ ਦੀ ਬਜਾਏ, ਮੈਨੂੰ ਪੁੱਛਣ ਦੀ ਬਜਾਏ ਨਾ, ਆਪਣੀ ਕਰਤੂਤ ਜ਼ਰੂਰ ਦੇਖ ਲੈਣੀ ਸ਼ੀਸ਼ੇ 'ਚ ਅਤੇ ਬੈਠ ਕੇ ਵੇਖਣਾ ਕਿ ਕੌਣ ਕੀ ਕਰ ਰਿਹਾ ਤੁਹਾਡੇ ਲਈ, ਹੈ ਨਾ, ਅਤੇ ਕਿੱਥੋਂ ਕਰਾ ਰਹੇ ਹੋ ਤੁਸੀਂ ਇਹ ਸਾਰਾ ਕੁਛ। ਬਾਹਰਲੇ ਮੁਲਕ 'ਚ ਬਹਿੰਦਿਆਂ ਸਾਰਿਆਂ ਨੂੰ ਸਭ ਦੇ ਪੈਰੇ ਪਤਾ ਹੀ ਹੁੰਦਾ ਕਿ ਕੌਣ ਕਿੰਨੇ ਪਾਣੀ 'ਚ ਹੈਗਾ ਅਤੇ ਕੀ ਨਹੀਂ ਅਤੇ ਕਿੱਥੋਂ ਆ ਰਹੇ ਨੇ। ਜਿਹੜੀ ਮੈਂ ਕਹਾਣੀ ਸੁਣਾਉਂਦੀ ਹਾਂ, ਜੋ ਮੇਰੇ ਦਿਮਾਗ ਵਿੱਚ ਹੁੰਦਾ ਉਹ ਮੈਂ ਬੋਲਦੀ ਹਾਂ, ਅਤੇ ਮੈਂ ਬੋਲਦੀ ਹਾਂ, ਅੱਖਾਂ ਵੇਖਾਂ ਬੋਲਦੀ ਹਾਂ, ਕੰਨਾਂ ਸੁਣਿਆ ਬੋਲਦੀ ਹਾਂ, ਜੋ ਮੈਂ ਬੋਲਿਆ ਹੁੰਦਾ ਵਾ। ਅਤੇ ਤੁਸੀਂ ਮੈਨੂੰ ਪੁੱਛਦੇ ਜੇ ਕੁਸ਼ਚਨ, ਤੁਸੀਂ ਮੈਨੂੰ ਪੁੱਛਣ ਦੀ ਬਜਾਏ ਨਾ ਅਤੇ ਚੌਂਕੜੀ ਮਾਰ ਕੇ ਆਪਣੇ ਅੰਦਰ ਉਤਰੋ ਅਤੇ ਆਪਣੇ ਆਪ ਨੂੰ ਵੇਖੋ। ਮੈਂ ਵੀ ਵੇਖਦੀ ਹਾਂ ਆਪਣੇ ਆਪ ਨੂੰ ਕਿ ਕਿੰਨੀ ਸੱਚ ਹੈ ਅਤੇ ਕਿੰਨੀ ਝੂਠੀ ਹੈ, ਅਤੇ ਤੁਸੀਂ ਆਪਣੇ ਅੰਦਰ ਝਾਤੀ ਮਾਰੋ, ਨਵੀਆਂ ਆਈਡੀਆ ਬਣਾ ਕੇ ਅਤੇ ਮੈਨੂੰ ਪੁੱਛਣ ਆਉਂਦੇ ਹੋ ਕਿ ਮੇਰੀ ਮਾਂ ਦੇ ਪੇਕੇ ਹੀ ਮੇਰੀ ਮਾਂ ਦੇ ਹੀ ਸੰਭਾਲਦੇ ਨੇ ਮੇਰੇ ਬੱਚਿਆਂ ਨੂੰ। ਪਹਿਲੀ ਗੱਲ, ਜੇ ਤੁਸੀਂ ਬਾਹਰਲੇ ਮੁਲਕ 'ਚ ਰਹਿੰਦੇ, ਬਾਹਰਲਾ ਮੁਲਕ ਫੂਡ ਸਟੈਂਪਾਂ ਦਿੰਦਾ, ਦੂਸਰਾ ਤੁਹਾਡੇ ਪਤੀ ਦੀ ਜਿਹੜੀ ਤਨਖਾਹ ਦੇ ਉਹਦੀ ਸੋਸ਼ਲ ਸਿਕਿਉਰਿਟੀ ਮਿਲਦੀ ਹੈ, ਉਹਨਾਂ ਸੋਹਣੀ ਤਾਂ ਘਰ ਬੜਾ ਸੋਹਣਾ ਚੱਲਦਾ, ਹੈ ਨਾ, ਮਾਂ ਦਾ ਕੁਛ ਨਹੀਂ ਦਿੰਦਾ, ਐਡੀ ਔਕਾਤ ਨਹੀਂ ਹੈ ਮਾਂ ਦੇ ਟੱਬਰਾਂ ਦੀ ਦੇਣ ਦੀ, ਅਤੇ ਬੱਚੇ ਤੁਸੀਂ ਜੋ ਸਹੁਰਿਆਂ ਨੂੰ ਦਿਖਾਉਣੇ ਨਹੀਂ ਅਤੇ ਮਾਂ ਦੇ ਕੋਲ ਹੀ ਰਹਿਣਾ, ਅਤੇ ਜਿਹੜੀ ਛੋਟੀ ਮੋਟੀ ਚੁੰਨੀ ਮੁੰਨੀ ਆ ਉਹ ਤਾਂ ਮਾਂ ਨੇ ਹੀ ਦੇਣੀ ਹੈਗੀ ਹੈ ਨਾ, ਅਤੇ ਸਹੁਰਿਆਂ ਜਿਹੜਾ ਮੁੰਡੇ ਦੇ ਪੈਸੇ ਆਉਂਦੇ ਉਹ ਸਹੁਰਿਆਂ ਦਾ ਹੀ ਮੁੰਡਾ ਸੀ ਉਹ ਕਿ। ਤੁਸੀਂ ਸੋਚੋ, ਧਰਤੀ ਦੇ ਉੱਤੇ ਇੰਨੀਆਂ ਜ਼ਿਆਦਾ ਬੁਰਾਈਆਂ ਨੇ, ਇੰਨੀਆਂ ਜ਼ਿਆਦਾ, ਪਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਹਰ ਚੀਜ਼ ਬੁਰਾਈ ਆ। ਮੁੱਠੀ ਭਰ ਕੋਈ ਰੱਬ ਦੇ ਇਨਸਾਨ ਵੀ ਹੋਣਗੇ ਜਿਨ੍ਹਾਂ ਦੇ ਕਰਕੇ ਧਰਤੀ ਟਿੱਕੀ ਹੋਈ ਆ, ਜ਼ਰੂਰ ਹੋਣਗੇ, ਪਰ ਸਾਨੂੰ ਮੈਂ ਦਰਸ਼ਨ ਕਰਨਾ ਚਾਹੁੰਦੀ ਹਾਂ ਉਹ ਲੋਕ ਕੌਣ ਨੇ। ਮੈਂ ਜੀ ਕਹਿੰਦਾ ਉਹਨਾਂ ਦੇ ਪੈਰਾਂ 'ਤੇ ਸਿਰ ਰੱਖਾਂ ਆਪਣਾ, ਵੀ ਉਹ ਕੌਣ ਚੰਗੇ ਨੇ ਲੋਕ ਨੇ, ਮੈਂ ਮਿਲਣਾ ਚਾਹੁੰਦੀ ਹਾਂ। ਦਰਅਸਲ ਬਹੁਤ ਬੁਰਾ ਹਾਲ ਆ, ਇੰਨੀ ਝੂਠੀ ਚੀਜ਼ਾਂ ਨੇ ਅੰਦਰ ਅਤੇ ਚਿਹਰੇ 'ਤੇ ਝੂਠੀ ਮੁਸਕਾਨ ਆ, ਇੰਨੇ ਕਵਚਾਂ ਦੇ ਨਾਲ ਦੁਨੀਆ ਰਹਿ ਰਹੀ ਆ, ਕੀ ਕਰਾਂ। ਮਤਲਬ ਕਿ ਆਦਮੀ ਨੂੰ ਡੱਬੇ 'ਚ ਬੰਦ ਕਰਕੇ ਅਤੇ ਰੋਂਦੀਆਂ ਵੀ ਅਤੇ ਹੋ ਕੇ ਵੀ ਪਰਦੀਆਂ ਨੇ, ਪਰ ਬੱਚੇ ਨੂੰ ਲਾਗੇ ਨਹੀਂ ਲੱਗਣ ਦਿੰਦੀਆਂ। ਦੋਸਤੋ, ਮੈਂ ਉਹ ਰਿਸ਼ਤਿਆਂ ਦੇ ਵਲੋਗ ਨੂੰ ਜਾਰੀ ਕਰਦੇ ਹੋਏ ਮੈਂ ਕਹਾਣੀ ਅੱਗੇ ਕੰਟੀਨਿਊ ਕਰਨ ਲੱਗੀ ਹਾਂ। ਮੈਂ ਤੁਹਾਨੂੰ ਬਾਪ ਦੇ ਹੋਕੇ ਸੁਣਾਉਂਦੀ ਹਾਂ ਅਤੇ ਦਾਦੀ ਦੀਆਂ ਅੰਦਰਲੀਆਂ ਚੀਕਾਂ ਸੁਣਾਉਂਦੀ ਹਾਂ ਵੀ ਉਹ ਕਿਵੇਂ ਕੰਮ ਕਰਦੀਆਂ ਨੇ ਅਤੇ ਉਹਨਾਂ ਦੀ ਕੌਣ ਕੌਣ ਪਰਵਾਹ ਕਰਦਾ ਵਾ, ਆਪਣੀ ਮਾਂ ਦੀ, ਬੱਚੇ ਦੀ ਨਾਨੀ ਦੀ, ਨਾਨੇ ਦੀ ਕਿ ਮਾਮੇ ਦੀ, ਕਿ ਜਾਂ ਬੱਚੇ ਦੇ ਬਾਪ ਦੀ, ਜਾਂ ਬੱਚੇ ਦੀ ਦਾਦੀ ਦੀ, ਬਿਲਕੁਲ ਨਹੀਂ, ਇਸ ਤਰ੍ਹਾਂ ਦਾ ਕੁਛ ਨਹੀਂ ਹੈਗਾ। ਪਰ ਇਹ ਸਾਰਿਆਂ ਲਈ ਅਪਲਾਈ ਨਹੀਂ ਕਰਦਾ। ਜਿਵੇਂ ਮੈਂ ਪਿੱਛੇ ਕੀਤਾ ਸੀ ਰਿਸ਼ਤੇ ਵਲੋਗ, ਤਾਂ ਬਹੁਤ ਸਾਰਿਆਂ ਕਿਹਾ ਸੀ ਹਾਂ ਸਾਡੇ ਘਰ ਨਹੀਂ ਇੱਦਾਂ ਹੁੰਦਾ, ਨਹੀਂ ਹੁੰਦਾ ਬਿਲਕੁਲ। ਇਹ ਔਰਤਾਂ ਜਿਨ੍ਹਾਂ ਨੇ ਜ਼ੁਲਮ ਢਾਏ,
ਜਦੋਂ ਇਹ ਆਪਣੇ ਆਦਮੀ ਨਾਲ ਰਹਿੰਦੀਆਂ ਨੇ ਉੱਥੇ ਕੀ ਕਰਦੀਆਂ ਨੇ ਕਿ ਆਦਮੀ ਕਹਿੰਦਾ ਵੀ ਮੈਂ ਆਪਣੇ ਇੰਨਾ ਕਜ਼ਨ ਇੰਨਾ ਪਰਿਵਾਰ ਦੇ ਮੈਂਬਰਾਂ ਨੂੰ ਪਸੰਦ ਨਹੀਂ ਕਰਦਾ ਅਤੇ ਤੂੰ ਇਸ ਮੁੰਡਿਆਂ ਨਾਲ ਘੱਟ ਬੋਲ। ਤੂੰ ਆਉਂਦੀਆਂ ਨੇ ਕਿ ਅਸੀਂ ਮਰ ਜਾਵਾਂਗੇ ਪਰ ਉਸੇ ਮੁੰਡਿਆਂ ਨਾਲ ਹੀ ਬੋਲਣਾ ਵਾ, ਤੇਰੇ ਕਜ਼ਨਾਂ ਨਾਲ ਹੀ ਬੋਲਣਾ ਵਾ। ਤੂੰ ਕਹਿੰਦਾ ਵੀ ਚੱਲ ਤੂੰ ਸਾਰਿਆਂ ਨਾਲ ਬੋਲ ਪਰ ਕਮ ਸੇ ਕਮ ਇਸ ਕਜ਼ਨ ਨਾਲ ਨਾ ਬੋਲ, ਕਿਉਂਕਿ ਜੇ ਤੂੰ ਬੋਲੇਂਗੀ ਤਾਂ ਮੇਰੀ ਬੇਇੱਜ਼ਤੀ ਆ ਕਿ ਮੈਨੂੰ ਨਹੀਂ ਉਹ ਠੀਕ ਲੱਗਦਾ। ਤੋ ਉਹ ਆਉਂਦੀ ਵੀ ਤੂੰ ਮਰਨਾ ਤਾਂ ਮਰ ਅਤੇ ਮੈਂ ਬੋਲਣਾ। ਅਤੇ ਮੈਂ ਸੋਚਦੀ ਹਾਂ ਕਿ ਜਦੋਂ ਤੁਸੀਂ ਉਸ ਚੀਜ਼ ਉਸ ਬੰਦੇ ਨੂੰ ਮੰਨਦੀ ਨਹੀਂ ਤਾਂ ਤੂੰ ਜਾਇਦਾਦ ਦੀ ਕਿਵੇਂ ਹੱਕਦਾਰ ਆ, ਫਿਰ ਆਪਣੀਆਂ ਭਾਬੀਆਂ ਨੂੰ ਕਿਉਂ ਨਹੀਂ ਤੂੰ ਮਿਲਣ ਦਿੰਦੀ ਉਹਦੇ ਕਜ਼ਨਾਂ ਨਾਲ। ਤੁਸੀਂ ਕੁਛ ਔਰਤਾਂ ਆਦਮੀ ਨੂੰ ਹੋ ਕੇ ਪਰਵਾਹ ਪਰਵਾ ਕੇ ਨਿਆਣਿਆਂ ਨੂੰ ਅੱਖਾਂ ਤੋਂ ਦੂਰ ਕਰਕੇ 20-20 ਸਾਲ ਤੁਹਾਨੂੰ ਸ਼ਮਸ਼ਾਨ ਘਾਟ ਪਜਾ ਦਿੰਦੀਆਂ ਜੇ। ਉਹ ਦਾਦੀ ਜਿਹਨੇ ਪੂਰੀ ਤੁਹਾਨੂੰ ਲਿਸਟ ਜਾਇਦਾਦ ਦੀ ਫੜਾਈ ਹੁੰਦੀ ਆ ਉਹਨੂੰ ਉਹ ਮੂੰਹ ਅੱਡ ਅੱਡ ਕੇ ਪੋਤੇ ਪੋਤਰੀਆਂ ਦੇ ਨਾਂ ਲਵੇ ਤੂੰ ਨਹੀਂ ਕੁੱਤੇ ਦੀ ਤਰ੍ਹਾਂ ਬਿਹੇਵ ਕਰਦੀਆਂ ਜੇ। ਅਤੇ ਆਪਣੇ ਘਰ ਤੁਹਾਡੀ ਮਾਂ ਜਿਹੜੀ ਉਹ ਤੁਹਾਨੂੰ ਬੜੀ ਕੀਮਤੀ ਲੱਗਦੀ ਆ ਅਤੇ ਮੁੰਡੇ ਦੀ ਮਾਂ ਕਿਉਂ ਐਡੀ ਬੇਵਕੂਫ ਲੱਗਦੀ ਆ? ਬੇਵਕੂਫ ਤੁਹਾਨੂੰ ਬੇਵਕੂਫ ਨਹੀਂ ਲੱਗਦੀ, ਸਿਆਣੀ ਤੁਹਾਨੂੰ ਬੇਵਕੂਫ ਲੱਗ ਜਾਂਦੀ। ਕਿਉਂ ਦੱਸਣਾ ਮੈਨੂੰ ਜ਼ਰਾ? ਤੁਹਾਡੇ ਭਰਾਵਾਂ ਦੇ ਬਾਹਰ ਵੀ ਅਫੇਅਰ ਹੁੰਦੇ ਆ, ਐਕਸਟਰਾ ਅਫੇਅਰ ਹੁੰਦੇ ਆ ਦੂਸਰੀਆਂ ਔਰਤਾਂ ਨੇ, ਤਾਂ ਵੀ ਤੁਸੀਂ ਉਹਨਾਂ ਨੂੰ ਆਪਣੀਆਂ ਭਾਬੀਆਂ ਨਾਲ ਹੀ ਰੱਖਦੇ ਜੇ? ਅਫੇਅਰ ਵੀ ਰੱਖੋ ਭਾਬੀਆਂ ਨਾਲ ਵੀ, ਹੈ ਨਾ, ਅਤੇ ਭਤੀਜੇ ਭਤੀਜੇ ਵੀ। ਚਲੋ ਆਪਾਂ ਸਾਰੇ ਜਾਣੇ ਇੱਕ ਸਟੈਪ ਅੱਗੇ ਵਧਾਉਂਦੇ ਹਾਂ ਇਹਨਾਂ ਬਗਿਆੜਨਾ ਔਰਤਾਂ ਦੇ ਡੋਰ ਖੋਲ੍ਹ ਕੇ ਪੇਕਿਆਂ ਦੇ ਘਰ ਜਾਂਦੇ ਹਾਂ। ਇਹ ਜਿਹੜੀਆਂ ਔਰਤਾਂ ਸਹੁਰੇ ਘਰ ਆਈਆਂ ਅਤੇ ਪੂਰਾ ਜ਼ੁਲਮ ਢਾਇਆ, ਜਿੰਨਾ ਢਾ ਸਕਦੀਆਂ ਢਾਇਆ, ਅਤੇ ਜਿਹੜੀਆਂ ਇਹਨਾਂ ਦੇ ਪੇਕਿਆਂ ਦੇ ਘਰ ਇਹਨਾਂ ਦੀਆਂ ਭਰਾਵਾਂ ਦੀਆਂ ਜਨਾਨੀਆਂ ਹੁੰਦੀਆਂ ਉਹਨਾਂ ਦੀਆਂ ਜ਼ਬਾਨਾਂ ਕੱਟ ਕੇ ਇਹਨਾਂ ਨੇ ਆਪਣੇ ਪਰਸ 'ਚ ਪਾਈਆਂ ਹੁੰਦੀਆਂ, ਉਹਨਾਂ ਦੇ ਗਲੇ ਨੂੰ ਪੱਟੇ ਬੰਨ੍ਹ ਕੇ ਅਤੇ ਇੱਦਾਂ ਕਰਦੀਆਂ ਖਿੱਚਦੀਆਂ ਕਿ ਤੂੰ ਨਹੀਂ ਕੁਛ ਬੋਲਣਾ, ਮੇਰੀ ਮਾਂ ਦੀ ਬਹੁਤ ਟੇਕ ਕੇਅਰ ਕਰਨੀ, ਮੇਰੀ ਮਾਂ ਦਾ ਖਿਆਲ ਰੱਖਣਾ, ਮੇਰੇ ਭਤੀਜੇ ਭਤੀਜੀਆਂ ਨੂੰ ਤੂੰ ਦਿਖਾਉਣਾ, ਮੇਰੇ ਭਤੀਜੇ ਭਤੀਜੀਆਂ ਬਿਨਾਂ ਮੈਂ ਰਹਿ ਨਹੀਂ ਸਕਦੀ, ਅਤੇ ਇਹਨਾਂ ਦੇ ਟੈਕਸਟ ਵੀ ਚੱਲਦੇ ਰਹਿਣੇ ਚਾਹੀਦੇ, ਇਹਨਾਂ ਦੇ ਵਿਆਹਾਂ 'ਤੇ ਵੀ ਮੈਨੂੰ ਸ਼ਾਮਿਲ ਹੋਣਾ ਚਾਹੀਦਾ। ਉਹਨਾਂ ਨੂੰ ਆਪਣੀਆਂ ਭਾਬੀਆਂ ਨੂੰ ਇੱਦਾਂ ਰੱਖਦੀਆਂ ਅਤੇ ਦੂਜਿਆਂ ਦੇ ਘਰ ਆ ਕੇ ਕਿਵੇਂ ਜ਼ੁਲਮ ਢਾ ਲੈਂਦੀਆਂ ਜੀ? ਕਿਉਂ ਇੰਨੀਆਂ ਬੇਸ਼ਰਮ? ਫਿਰ ਮੇਰਾ ਕੁਐਸਚਨ ਉੱਥੇ ਆ ਜਨਾਨੀਆਂ ਲਈ, ਕੁਛ ਲਈ, ਕੁਛ ਲਈ, ਜਦੋਂ ਤੂੰ ਆਪਣੇ ਆਦਮੀ ਦੇ ਫੁੱਫੋ ਦੀਆਂ ਖਾਲਾ ਦੀਆਂ ਕੁੜੀਆਂ ਮੁੰਡਿਆਂ ਨਾਲ ਪੀਂਗਾਂ ਪਾ ਰਹੀ ਹੁੰਦੀ ਆ, ਹੈ ਨਾ, ਤੂੰ ਇੱਕ ਜ਼ਿੰਮੇਦਾਰ ਔਰਤ ਆ ਅਤੇ ਤੂੰ ਘਰ ਦੀ ਬਰਬਾਦੀ ਕਰ ਦਿੰਦੀ, ਹੈ ਨਾ, ਬਰਬਾਦੀ ਕਰ ਦਿੰਦੀ ਕਿ ਉਹਨਾਂ ਨੂੰ ਮਰਨ ਤੱਕ ਮਜਬੂਰ ਕਰ ਦਿੰਦੀ ਆ ਅਤੇ ਸਾਰਾ ਕੁਝ ਹੜੱਪ ਕਰ ਲੈਂਦੀ, ਅਤੇ ਕਦੀ ਤੂੰ ਉਹਨਾਂ ਖਾਲਾ ਦੀ ਦੀਆਂ ਨੌਵਾਂ ਨੂੰ ਮਿਲੀ ਫਿਰ ਜਾ ਕੇ, ਉਹਨਾਂ ਫੁੱਫੋ ਦੀਆਂ ਬੱਚਿਆਂ ਨੂੰ ਮਿਲੀ ਜਾ ਕੇ? ਉਹ ਤੇਰੇ ਨਾਲ ਉੱਦਾਂ ਹੀ ਪੀਂਘਾਂ ਪਾਉਣ ਦਿੰਦੇ? ਉਹ ਤੇਰੇ ਨਾਲ ਵਾਰਾਗਰਦੀ ਕਰਨ ਦਿੰਦੇ? ਆਪਣੀਆਂ ਨੌਵਾਂ ਨੂੰ ਕੀਤੀ ਉਹਨਾਂ ਨੇ ਵਾਰਾਗਰਦੀ? ਨਹੀਂ। ਫਿਰ ਇੱਕ ਘਰ ਦੇ ਉੱਤੇ ਕਿਉਂ ਜ਼ੁਲਮ? ਆਪਣੇ ਘਰ 'ਤੇ ਕਿਉਂ ਨਹੀਂ ਤੂੰ ਕਰਦੀ? ਕੁਐਸਚਨ ਫਿਰ ਜਾਇਦਾਦ ਦਾ ਹੁੰਦਾ। ਫੁੱਲ ਹੱਕਦਾਰ ਆ ਉਸ ਆਦਮੀ ਦੀ, ਹਰ ਚੀਜ਼ ਦੀ ਫੁੱਲ ਹੱਕਦਾਰ ਆ, ਪਰ ਉਹ ਆਦਮੀ ਕਿੱਥੇ ਐਗਜਿਸਟ ਕਰਦਾ? ਜੇ ਉਹਨੇ ਤੈਨੂੰ ਕਜ਼ਨਾਂ ਨਾਲ ਸਟੋਪ ਕਰਦਾ ਤਾਂ ਤੂੰ ਕਜ਼ਨਾਂ ਨਾਲ ਸਟੋਪ ਨਹੀਂ ਹੋ ਸਕਦੀ। ਉਹਦੇ ਹੀ ਕਜ਼ਨਾਂ ਦੀ ਪੂਰੀ ਲੁੱਚ ਮੰਡਲੀ ਘਰ 'ਚ ਲਿਆ ਕੇ ਅਤੇ ਉਹਦੀ ਮਾਂ ਦਾ ਨੱਕ ਵਿੱਚ ਦਮ ਕਰਾ ਦਿੰਦੀ ਆ ਔਰਤਾਂ, ਅਤੇ ਆਪਣੇ ਘਰ ਅਤੇ ਭਾਬੀਆਂ ਚੁੱਲ੍ਹਿਆਂ ਦੇ ਅੱਗੇ ਬੈਠੀਆਂ ਰਹਿੰਦੀਆਂ ਅਤੇ ਉਹਨਾਂ ਦੀ ਕੋਈ ਨਹੀਂ। ਅਤੇ ਜੇ ਸਹੁਰੇ ਘਰ ਤੈਨੂੰ ਦੋ ਰੋਟੀਆਂ ਪਕਾਉਣੀਆਂ ਪੈ ਜਾਂਦੀਆਂ ਕੋਈ ਆਇਆਂ ਦੀਆਂ, ਤਾਂ ਉਹ ਭਰਾਵਾਂ ਨੂੰ ਕੌਲਾਂ ਕਰਕੇ ਕਹਿੰਦੀਆਂ ਜੇ ਧੂੰਆਂ ਚੜ ਗਿਆ ਮੈਨੂੰ, ਇਹ ਤਾਂ ਜਾਂਦੇ ਹੀ ਨਹੀਂ ਇਹਦੇ ਗੈਸਟ। ਅਤੇ ਜਿਹੜੀ ਆਪਣੀ ਲੁੱਚ ਮੰਡਲੀ ਉਹਦੇ ਕਜ਼ਨ ਇਕੱਠੇ ਕਰਕੇ ਅਤੇ ਉਹ ਆਪਣੀ ਸੱਸ ਦਾ ਕੋਠਿਆਂ ਤੋਂ ਉਹਨੂੰ ਧੱਕੇ ਦੇਣਾ ਸ਼ੁਰੂ ਕਰ ਦਿੰਦੀਆਂ ਜੇ ਕਿ ਇਹਨੂੰ ਮਾਰ ਦੇਵਾਂ, ਮਰੋਗੇ? ਮੈਨੂੰ ਇੱਕ ਗੱਲ ਦੱਸੋ, ਇਹ ਔਰਤਾਂ ਕੁਛ ਔਰਤਾਂ ਤੁਹਾਨੂੰ ਸੱਸ ਨਹੀਂ ਚੰਗੀ ਲੱਗਦੀ,
आदमी नहीं चंगा लगता जिन्हें बच्चे दिते होंगे तुम ये वर्गे, जिन्हें जायदाद दी होंगी, पैसे दिते होंगे तू, मुंडे दे चाचे चाचियाँ उन्होंने कुड़िया मुंडे, तू मुंडे दे मासी मासड़ उन्होंने कुड़ी मुंडे, तू मुंडे दे पुआ फुफड़ उन्होंने कुड़ी मुंडे, इन्ने चंगे लगते आ, उन्हों को फिर क्यों नहीं प्रॉपर्टी मंगते, फिर वो कोई मंगते जे आदमी कोई, तीरा हौक गया क्योंकि तू सुता ही नाल है, तनु व्याह के नहीं आंदा हुंदा, तनु पूरी रस्मां रवाजां नाल व्याह के नहीं आंदा हुंदा, किराए ते लिया हुंदा कि बच्चियां ते तेरा हक देन दा वा, इन्हां नू वेखण दा। मैं अपनी टिकटॉक वेखण वालियां नू कदी ये नहीं किया कि मेरे आके लाइक करो जां कमेंट करो जां शेयर करो, कदी नहीं किया, लेकिन मैं अज तुहानू कहनी आ कि मेरे जिहड़ा रिश्ते ब्लॉग आ इहनू इन्ना शेयर करो, इन्ना शेयर करो कि जिथे भी कोई गंदा किणका बैठा वा, ये नहीं तुसीं कह सकदे, तुसीं कई कहिंदे ही नहीं इक्कवीं सदी अजकल नहीं इदां दा, क्यों अजकल माँ बाप दे ब्याह नहीं होने, उन्हां चों बच्चे नहीं निकलने, उन्हां दे गांह ब्याह नहीं होने, वह वक्री गल है कि तुसीं जिवें लिविंग रिलेशन च लैंदे वह बाहर बच्चे हो गए वह नहीं, पर जे तुसीं खानदानी हो, जे तुसीं इदां रहना वा तो इदा ही रहना वा, जे दुनिया चलती तक इदा ही रहना पैना वा, चंगी तो ही रहना पैना वा, ये नहीं कि अज के जमाने च नहीं हुंदा कि मैं 15वीं सदी की गल करनी, मैं अज के जमाने की गल करनी, इदा ही हो रहा, पुछ लो लोगों को हथ खड़े करे कि किन्या नाल हो रहा, तो इनू वो तो वह शेयर करो कि इन्हों जनानिया खुद ही डब्बे च पै, जे ताड़िया भाबिया ताडे भतीजे भतीजिया लैके चले गई, ताडे भरा दे होके निकलन जायदाद दोगियां ताडे भरावां दे जो बाहर अफेयर हुंदे आ, पर फिर भी तुसीं भाभी नूं आंदे जे कोई गल नहीं आराम नाल, कोई गल नहीं सब ठीक आ, ते भतीजे भतीजियां नूं भी गले लाउंदे जे, ते अपने बच्चियां नूं भी उहदे भरा दे गले लाउंदे जे, ते जिहड़ा आदमी ना इन्ना बुरा वर्तीरा करदे जे, कभी अखां बंद करके वेख्या कि ताड़ी मावां दे विच जां मुंडे दीआं मावां दे विच की फर्क आ, काफ़ी डाढ़ा फर्क होना, ताड़ियां मावां किहड़ियां धोतियां होईआं ने पवित्र, मतलब कि बौली चों निकल के आईआं ने दुध धोतियां कि वह बड़ियां चंगीआं ने, ते मुंडे दी मां जिहड़ी आ वह बुरी हो गई, ਉਹਦਾ ਹੱਕ ਜਮਾਉਂਦਾ ਨਹੀਂ, ਉਹਨੇ ਮੁੰਡਾ ਜੰਮ ਦਿੱਤਾ ਤੁਹਾਨੂੰ ਦੇ ਦਿੱਤਾ, ਤੋਚੋ ਵੀ ਤੁਸੀਂ ਉਹਨੂੰ ਮਾਰ ਦਿਉ ਕੁਛ ਕਰੋ ਜ਼ਰੂਰ। ਤੁਸੀਂ ਕਦੀ ਅੱਖਾਂ ਬੰਦ ਕਰਕੇ ਆਪਣੇ ਭਰਾ ਵੱਲ ਅਤੇ ਆਪਣੇ ਸੋ ਕਾਲਡ ਖਸਮ ਵੱਲ ਜਿਹਨੂੰ ਤੁਸੀਂ ਮਾਰ ਹੀ ਦਿੱਤਾ ਹੁੰਦਾ ਵਾ, ਕਦੀ ਕੰਪੈਰੀਜ਼ਨ ਕੀਤਾ ਕਿ ਤੁਹਾਡੇ ਉਸ ਖਸਮ ਨੇ ਵੀ ਪੂਰੀ ਮਿਹਨਤ ਕਰਕੇ ਤੁਹਾਡੇ ਪਰਸ ਪੂਰੀ ਤਰ੍ਹਾਂ ਫੁੱਲ ਰੱਖੇ ਆ, ਤਾਂ ਹੀ ਤਾਂ ਤੁਸੀਂ ਉਹ ਜਾਇਦਾਦਾਂ ਲੈ ਸਕੇ ਹੋ, ਹੋਰ ਜਾਇਦਾਦਾਂ ਲਈਆਂ ਨੇ ਉਹ ਭਰਾ ਦੇ ਸਿਰ 'ਤੇ, ਥੋੜ੍ਹੇ ਜਿਹੇ ਖਸਮ ਦੇ ਸਿਰ 'ਤੇ ਲਈਆਂ, ਅਤੇ ਤੁਹਾਡੇ ਭਰਾ ਨੇ ਅਤੇ ਤੁਹਾਡੀ ਭਾਬੀ ਨੂੰ ਸਭ ਕੁਛ ਦਿੱਤਾ ਹੀ ਨਹੀਂ ਹੁੰਦਾ, ਉਹਦੇ ਨਾਂ 'ਤੇ ਤਾਂ ਕੁਛ ਵੀ ਨਹੀਂ ਲਾਇਆ ਹੁੰਦਾ, ਉਹਦੀ ਜੇਬ 'ਚ ਤਾਂ ਪਤਾ ਨਹੀਂ ਰੁਪਈਆ ਵੀ ਪਾਇਆ ਕਿ ਨਹੀਂ ਪਾਇਆ, ਅਤੇ ਤੁਹਾਡੇ ਭਰਾ 'ਤੇ ਉਹ ਖਸਮ 'ਚ ਕੀ ਫਰਕ ਸੀ, ਭਰਾ ਤੁਹਾਡੇ ਵੀ ਨਸ਼ੇ ਖਾਂਦੇ ਆ ਅਤੇ ਖਸਮ ਵੀ ਖਾਂਦਾ, ਕੀ ਫਰਕ ਸੀ, ਸਗੋਂ ਭਰਾ ਦਾ ਡਬਲ ਉੱਪਰ ਪਲੱਸ ਉੱਪਰ ਬਾਹਰ ਫੇਰ ਵੀ ਹੈਗੇ ਨੇ, ਕੀ ਫਰਕ ਸੀ, ਖਸਮ ਤਾਂ ਉਹਦੇ ਵਿੱਚ ਕੀ ਫਰਕ ਸੀ, ਨਸ਼ੇ ਦੋਵੇਂ ਖਾਂਦੇ ਆ, ਉਹ ਭਾਬੀਆਂ ਕੋਲ ਰਹਿਣ ਅਤੇ ਉਹ ਬੰਦਾ ਜਿਹੜਾ, ਕਿੰਨੇ ਮੁੰਡੇ ਇੱਥੇ ਬੈਠੇ ਅਮੈਰੀਕਾ 'ਚ ਜਾਂ ਹੋਰ ਬਾਹਰਲੇ ਦੇਸ਼ਾਂ ਦੇ ਵਿੱਚ ਕਿ ਵਾਈਫ ਆਉਂਦੀ ਆ ਅਤੇ ਉੱਥੋਂ ਜਾਂ ਬੋਏਫ੍ਰੈਂਡ ਨਾਲ ਚਲ ਜਾਂਦੀ ਜਾਂ ਭਰਾ ਨਾਲ ਚਲ ਜਾਂਦੀ ਆ, ਆਪਾਂ ਹੌਲੀ ਹੌਲੀ ਇਮੀਗ੍ਰੇਸ਼ਨ ਸਟੈਟਸ 'ਤੇ ਵੀ ਆਵਾਂਗੇ ਕਿ ਕਿਵੇਂ ਤੁਹਾਨੂੰ ਆਦਮੀ ਸੱਦਦਾ ਵਾ ਅਤੇ ਉਹ ਬਾਹਰ ਬੈਠਾਂ ਦਾ ਮੂੰਹ ਚੁੱਕ ਕੇ ਕਿ ਤੁਸੀਂ ਆਉਣਾ ਵਾ ਅਤੇ ਤੁਸੀਂ ਅੰਦਰ ਜਾਰਾਂ ਦੇ ਨਾਲ ਪਹਿਲਾਂ ਹੀ ਪੀਂਘਾਂ ਪਾ ਲਈ ਜਾਂਦੀਆਂ ਜਾਂ ਭਰਾਵਾਂ ਨਾਲ, ਸੋ ਕਾਲਡ ਭਰਾਵਾਂ ਨਾਲ, ਤੂੰ ਆਦਮੀ ਸਾਰੀ ਮਿਹਨਤ ਲਾ ਦਿੰਦਾ, ਦਸ ਦਸ ਤਾਂ ਲੱਤਾਂ ਕਸਾ ਲੈਂਦਾ ਕੰਮ ਕਰਦਿਆਂ, ਅਤੇ ਬਾਹਰ ਬੈਠਾ ਡੀਕੰਡੀਆਂ ਹੁੰਦੀਆਂ ਉਹਦੀਆਂ ਅੱਖਾਂ, ਅਤੇ ਕਿੰਨੇ ਆਉਣਾ ਚਬਲ ਔਰਤਾਂ ਨੇ ਜਿਨ੍ਹਾਂ ਦੀਆਂ ਆਲਰੇਡੀ ਪੀਂਘਾਂ ਪੈ ਚੁੱਕੀਆਂ, ਅਤੇ ਉਹ ਬੈਠਾ ਸ਼ਦਾਈਆਂ ਵਾਂਗੂ ਬਾਹਰ, ਜੇ ਭਾਬੀਆਂ ਕਰਨ 'ਤੇ ਕਿਵੇਂ ਲੱਗੇ।
ਆਵਾਂਗੇ ਇਮੀਗ੍ਰੇਸ਼ਨ ਤੇ। ਤੂੰ ਇੱਕ ਔਰਤ, ਇੱਕ ਜ਼ਿੰਮੇਵਾਰ ਔਰਤ ਹੋ ਕੇ ਨੂੰਹ, ਵਾਈਫ, ਬੱਚਿਆਂ ਦੀ ਮਾਂ, ਇਹ ਰਿਸ਼ਤੇ ਤੇਰੇ ਕੋਲ ਇੱਕ ਔਰਤ ਕੋਲ, ਅਤੇ ਤੂੰ ਪੂਰੀ ਲੋਚ ਮੰਡਲੀ ਜਵਾਨਾਂ ਦੀ ਇਕੱਠੀ ਕਰਕੇ ਜਿਹੜੇ ਵਿਆਹੇ ਨਹੀਂ ਅਜੇ ਉਹਨਾਂ ਦੇ ਨਾਲ ਲੋਚ ਮੰਡਲੀ 'ਚ ਪੂਰੇ ਮਜ਼ੇ ਕਰ ਰਹੀ ਹਾਂ। ਕਿਹਦੇ ਪੈਸਿਆਂ ਤੋਂ? ਕਿਉਂਕਿ ਤੁਸੀਂ ਤਾਂ ਕਮਾਈ ਨਹੀਂ ਕਰ ਰਹੀਆਂ ਹੁੰਦੀਆਂ। ਕਿਹਦੇ ਪੈਸਿਆਂ ਤੋਂ? ਸਹੁਰਿਆਂ ਤੋਂ, ਸੱਸ ਤੋਂ, ਆਦਮੀ ਤੋਂ, ਹੈ ਨਾ। ਅਤੇ ਪੂਰੀ ਲੋਚ ਮੰਡਲੀ ਇਕੱਠੀ ਕਰਕੇ ਅਤੇ ਖੂਬ ਮਜ਼ੇ ਕਰ ਰਹੀ ਹੈ। ਅਤੇ ਤੈਨੂੰ ਪਤਾ ਕਿ ਜਿਹੜੀਆਂ ਉਹ ਜਿਹੜੇ ਕਜਨਾਂ ਦੀ ਲੋਚ ਮੰਡਲੀ ਇਕੱਠੀ ਕੀਤੀ ਹੁੰਦੀ ਆ, ਅਤੇ ਜਦੋਂ ਉਹਨਾਂ ਦੇ ਵਿਆਹ ਹੁੰਦੇ ਅਤੇ ਜਾਂ ਉਹਨਾਂ ਦੇ ਭਰਾ ਹੁੰਦੇ ਆ, ਅਤੇ ਉਹਨਾਂ ਨੇ ਵੀ ਆਪਣੀਆਂ ਭਾਬੀਆਂ ਦੇ ਜ਼ਬਾਨਾਂ ਕੱਟ ਕੇ, ਆਪਣੀਆਂ ਵਾਈਫਾਂ ਦੀਆਂ ਜ਼ਬਾਨਾਂ ਕੱਟ ਕੇ ਪਾਈਆਂ ਹੁੰਦੀਆਂ ਜੇਬਾਂ 'ਚ, ਉਹ ਕਿਉਂ ਨਹੀਂ? ਜਿਹੜੀਆਂ ਤੁਹਾਡੀਆਂ ਭਾਬੀਆਂ ਨੇ ਉਹ ਤੁਹਾਡੇ ਪੇਕੇ ਘਰ ਰਹਿਣੀਆਂ ਚਾਹੀਦੀਆਂ, ਤੁਹਾਡੀ ਮਾਂ ਦੀ ਜੂਠ ਮਾਂਜਦੀਆਂ ਰਹਿਣੀਆਂ ਚਾਹੀਦੀਆਂ। ਅਤੇ ਤੁਹਾਡੀ ਸਥਾਨ ਕਿੱਥੇ ਹੋਣਾ ਚਾਹੀਦਾ? ਤੁਹਾਡਾ ਇਹ ਕਿ ਉੱਧਰੋਂ ਵੀ ਜਾਇਦਾਦ ਲੈ ਕੇ ਅਤੇ ਭਰਾ ਦਾ ਘਰ ਭਰਨਾ? ਅਤੇ ਜਦੋਂ ਤੁਹਾਡਾ ਸੰਬੰਧ ਹੀ ਨਹੀਂ ਰਹਿੰਦਾ ਉਸ ਆਦਮੀ ਨਾਲ ਜਿੱਥੋਂ ਤੁਸੀਂ ਬੱਚੇ ਲੈ ਆਉਂਦੇ ਆ, ਅਤੇ ਤੁਸੀਂ ਮਰੇ 'ਤੇ ਵੀ ਕਿਵੇਂ ਆ ਜਾਂਦੀਆਂ ਜੇ? ਕਿਵੇਂ ਆ ਜਾਂਦੀਆਂ ਜੇ? ਜਦੋਂ ਅਥਰੂ ਵਗਾਉਂਦੀਆਂ ਜੇ ਝੂਠੇ, ਮਗਰ ਮੱਛ ਦੇ ਅਥਰੂ ਵਗਾਉਂਦੀਆਂ ਜੇ ਝੂਠੇ, ਜਿਹਨੂੰ ਤੁਸੀਂ ਹੌਕਿਆਂ ਨਾ ਮਰਵਾਇਆ ਹੁੰਦਾ, ਹੌਕਿਆਂ ਨਾ ਇੱਥੋਂ ਤੱਕ ਡਾਂਗ ਦਿੰਦੀਆਂ ਜੇ ਕਿ ਅਗਲਾ ਜੀ ਨਾ ਸਕੇ, ਤਾਂ ਕਿਵੇਂ ਰੋਂਦੀਆਂ ਜੇ? ਕੋਈ ਹੈਗੀ ਡਾਂਗ ਉੱਤੇ ਜਿਹੜੀ ਤੁਹਾਨੂੰ ਵੱਜੇ ਅਤੇ ਪੁੱਛੇ ਕਿ ਕੀ ਡਰਾਮਾ? ਚਲੋ ਆਪਾਂ ਸਾਰੇ ਜਾਣੇ ਇੱਕ ਸਟੈਪ ਅੱਗੇ ਵਧਾਉਂਦੇ ਹਾਂ, ਇਹਨਾਂ ਬਗਿਆੜਨਾ ਔਰਤਾਂ ਦੇ ਡੋਰ ਖੋਲ੍ਹ ਕੇ ਪੇਕਿਆਂ ਦੇ ਘਰ ਜਾਂਦੇ ਹਾਂ। ਇਹ ਜਿਹੜੀਆਂ ਔਰਤਾਂ ਸਹੁਰੇ ਘਰ ਆਈਆਂ ਅਤੇ ਪੂਰਾ ਜ਼ੁਲਮ ਟਾਇਆ, ਜਿੰਨਾ ਟਾ ਸਕਦੀਆਂ ਟਾਇਆ, ਅਤੇ ਜਿਹੜੀਆਂ ਇਹਨਾਂ ਦੇ ਪੇਕਿਆਂ ਦੇ ਘਰ ਇਹਨਾਂ ਦੀਆਂ ਭਰਾਵਾਂ ਦੀਆਂ ਜਨਾਨੀਆਂ ਹੁੰਦੀਆਂ, ਉਹਨਾਂ ਦੀਆਂ ਜ਼ਬਾਨਾਂ ਕੱਟ ਕੇ ਇਹਨਾਂ ਨੇ ਆਪਣੇ ਪਰਸ 'ਚ ਪਾਈਆਂ ਹੁੰਦੀਆਂ, ਉਹਨਾਂ ਦੇ ਗਲੇ ਨੂੰ ਪੱਟੇ ਬੰਨ੍ਹ ਕੇ ਅਤੇ ਇੱਦਾਂ ਕਰਦੀਆਂ, ਖਿੱਚਦੀਆਂ ਕਿ ਤੂੰ ਨਹੀਂ ਕੁਛ ਬੋਲਣਾ, ਮੇਰੀ ਮਾਂ ਦੀ ਬਹੁਤ ਟੇਕ ਕੇਅਰ ਕਰਨੀ, ਮੇਰੀ ਮਾਂ ਦਾ ਖਿਆਲ ਰੱਖਣਾ, ਮੇਰੇ ਭਤੀਜੇ ਭਤੀਜੀਆਂ ਨੂੰ ਤੂੰ ਦਿਖਾਉਣਾ, ਮੇਰੇ ਭਤੀਜੇ ਭਤੀਜੀਆਂ ਬਿਨਾਂ ਮੈਂ ਰਹਿ ਨਹੀਂ ਸਕਦੀ, ਅਤੇ ਇਹਨਾਂ ਦੇ ਟੈਕਸਟ ਵੀ ਚੱਲਦੇ ਰਹਿਣੇ ਚਾਹੀਦੇ, ਇਹਨਾਂ ਦੇ ਵਿਆਹਾਂ 'ਤੇ ਵੀ ਮੈਨੂੰ ਸ਼ਾਮਿਲ ਹੋਣਾ ਚਾਹੀਦਾ। ਉਹਨਾਂ ਨੂੰ ਆਪਣੀਆਂ ਭਾਬੀਆਂ ਨੂੰ ਇੱਦਾਂ ਰੱਖਦੀਆਂ, ਅਤੇ ਦੂਜਿਆਂ ਦੇ ਘਰ ਆ ਕੇ ਕਿਵੇਂ ਜ਼ੁਲਮ ਢਾ ਲੈਂਦੀਆਂ ਜੀ? ਕਿਉਂ ਇੰਨੀਆਂ ਬੇਸ਼ਰਮ? ਕੁਸ਼ਚਨ ਫਿਰ ਜਾਇਦਾਦ ਦਾ ਹੁੰਦਾ, ਫੁੱਲ ਹੱਕਦਾਰ ਆ ਉਸ ਆਦਮੀ ਦੀ, ਹਰ ਚੀਜ਼ ਦੀ ਫੁੱਲ ਹੱਕਦਾਰ ਆ, ਪਰ ਉਹ ਆਦਮੀ ਕਿੱਥੇ ਐਗਜਿਸਟ ਕਰਦਾ? ਜੇ ਉਹਨੇ ਤੈਨੂੰ ਕਜਨਾ ਨਾਲ ਸਟੋਪ ਕਰਦਾ ਤਾਂ ਤੂੰ ਕਜਨਾ ਨਾਲ ਸਟੋਪ ਨਹੀਂ ਹੋ ਸਕਦੀ, ਉਹਦੇ ਹੀ ਕਜਨਾ ਦੀ ਪੂਰੀ ਲੋਚ ਮੰਡਲੀ ਘਰ 'ਚ ਲਿਆ ਕੇ ਅਤੇ ਉਹਦੀ ਮਾਂ ਦਾ ਨੱਕ ਵਿੱਚ ਦਮ ਕਰਾ ਦਿੰਦੀ ਆ ਔਰਤਾਂ, ਅਤੇ ਆਪਣੇ ਘਰ ਅਤੇ ਭਾਬੀਆਂ ਚੁੱਲ੍ਹਿਆਂ ਦੇ ਅੱਗੇ ਬੈਠੀਆਂ ਰਹਿੰਦੀਆਂ ਅਤੇ ਉਹਨਾਂ ਦੀ ਕੋਈ ਨਹੀਂ। ਅਤੇ ਜੇ ਸਹੁਰੇ ਘਰ ਤੈਨੂੰ ਦੋ ਰੋਟੀਆਂ ਪਕਾਉਣੀਆਂ ਪੈ ਜਾਂਦੀਆਂ ਕੋਈ ਆਇਆਂ ਦੀਆਂ, ਤਾਂ ਉਹ ਭਰਾਵਾਂ ਨੂੰ ਕੌਲਾਂ ਕਰਕੇ ਕਹਿੰਦੀਆਂ ਜੇ ਧੂੰਆਂ ਚੜ ਗਿਆ ਮੈਨੂੰ, ਇਹ ਤਾਂ ਜਾਂਦੇ ਹੀ ਨਹੀਂ ਇਹਦੇ ਗੈਸਟ। ਅਤੇ ਜਿਹੜੀ ਆਪਣੀ ਲੋਚ ਮੰਡਲੀ ਉਹਦੇ ਕਜ਼ਨ ਇਕੱਠੇ ਕਰਕੇ ਅਤੇ ਉਹ ਆਪਣੀ ਸੱਸ ਦਾ ਕੋਠਿਆਂ ਤੋਂ ਉਹਨੂੰ ਧੱਕੇ ਦੇਣਾ ਸ਼ੁਰੂ ਕਰ ਦਿੰਦੀਆਂ ਜੇ ਕਿ ਇਹਨੂੰ ਮਾਰ ਦੇਵਾਂ, ਮਰੋਗੀ? ਤੁਸੀਂ ਸੋਚੋ ਧਰਤੀ ਦੇ ਉੱਤੇ ਇੰਨੀਆਂ ਜ਼ਿਆਦਾ ਬੁਰਾਈਆਂ ਨੇ, ਇੰਨੀਆਂ ਜ਼ਿਆਦਾ, ਪਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਹਰ ਚੀਜ਼ ਬੁਰਾਈ ਆ। ਮੁੱਠੀ ਭਰ ਕੋਈ ਰੱਬ ਦੇ ਇਨਸਾਨ ਵੀ ਹੋਣਗੇ ਜਿਨ੍ਹਾਂ ਦੇ ਕਰਕੇ ਧਰਤੀ ਟਿੱਕੀ ਹੋਈ ਆ, ਜ਼ਰੂਰ ਹੋਣਗੇ, ਪਰ ਸਾਨੂੰ, ਮੈਂ ਦਰਸ਼ਨ ਕਰਨਾ ਚਾਹੁੰਦੀ ਹਾਂ ਉਹ ਲੋਕ ਕੌਣ ਨੇ, ਮੈਂ ਜੀ ਕਹਿੰਦਾ ਉਹਨਾਂ ਦੇ ਪੈਰਾਂ 'ਤੇ ਸਿਰ ਰੱਖਾਂ ਆਪਣਾ, ਵੀ ਉਹ ਕੌਣ ਚੰਗੇ ਨੇ ਲੋਕ ਨੇ, ਮੈਂ ਮਿਲਣਾ ਚਾਹੁੰਦੀ ਹਾਂ। ਦਰਅਸਲ ਬਹੁਤ ਬੁਰਾ ਹਾਲ ਆ, ਇੰਨੀ ਝੂਠੀ ਚੀਜ਼ਾਂ ਨੇ ਅੰਦਰ ਅਤੇ ਚਿਹਰੇ 'ਤੇ ਝੂਠੀ ਮੁਸਕਾਨ ਆ, ਇੰਨੇ ਕਵਚਾਂ ਦੇ ਨਾਲ ਦੁਨੀਆ ਰਹਿ ਰਹੀ ਆ, ਕੀ ਕਰਾਂ? ਮਤਲਬ ਕਿ ਆਦਮੀ ਨੂੰ ਡੱਬੇ 'ਚ ਬੰਦ ਕਰਕੇ ਅਤੇ ਰੋਂਦੀਆਂ ਵੀ ਅਤੇ ਹੋ ਕੇ ਵੀ ਭਰਦੀਆਂ ਨੇ, ਪਰ ਬੱਚੇ ਨੂੰ ਲਾਗੇ ਨਹੀਂ ਲੱਗਣ ਦਿੰਦੀਆਂ।
हाँ जदों लोग कईयां ने कहा कि इस तरह साढ़े घर नहीं है, बिल्कुल नहीं होगा, सारे के घर थोड़ा है, कहीं ना कहीं उन्होंने सारे बुरे हैं, बिल्कुल होंगे बुरे। तो कई ने तुरिया जाने ने चीक मारिया, आ ची नहीं कर दो तो मैनू वो ही, मैं तुम यकीन नहीं करना, वो मैनू भी नहीं जानदियाँ, उन्होंने ये भी नहीं पता मैं की गल करनी है, बस इन्ना सुनिया कि उन्होंने कन्ना पसंद नहीं आ रही, मतलब कि दादकियां की चंगयाई तो नौवां की बुराई उन्होंने बुरा लगा है लफ्ज, तो चीक मारिया तो मैं दिल में सोचा हाए, मतलब कि बहुत सारिया ने इदा दियां भी है ना जी चीक मार के निकलियां वो लागू, तो कुछ नो चलो उन्होंने किया कि मैं उन्होंने हिसाब ना तो नहीं बोल सकती ना, मैं तो बोलना आखी दिता हाल सुना तुम जिन्ना चिर मेरा साह हैगा, और किन्ने मुंडिया ने कहा है कि उन्हें बच्चे नहीं दे सकते, वो भी तो प्रूफ हैगा ना तेरे सामने। दोस्तों मैं वो रिश्तिया के ब्लॉग न जारी करते हुए मैं कहानी अगे कंटिन्यू कर लगी हाँ, मैं तुम्हें बाप दे होके सुनानी हाँ, दादी दियां अंदरलियां चीकां सुनानियां भी वो किवें काम करदियां ने ते उन्हां दी कौन कौन परवाह करदा वा, अपनी माँ दी, बच्चे दी नानी दी, नाने दी के मामे दी के जां बच्चे दे बाप दी जां बच्चे दी दादी दी, बिल्कुल नहीं, इस तरह का कुछ नहीं है, पर यह सारे लिए अप्लाई नहीं करता, जिवें मैं पिछे किया ही रिश्ते ब्लॉग तो बहुत सारे कहा है हाँ साढ़े घर नहीं इदा आता, नहीं होंगे बिल्कुल, चंगयाई तो बुरियाई साथ साथ चलती रहती, ठीक है, दुनिया में रब का नाँ लैन वाले भी होंगे आ, कीड़े मकौड़े भी नहीं हर्ट करने वाले होंगे, तो कई कतल करने वाले होंगे, डाके मारने वाले होंगे, बदमाश होंगे, सब तरह, पर परफेक्ट सिर्फ उहो ही आ, सारे ही इस धरती से गलतियां करते हैं, पर अही जो आ के टिकटॉक से गल्लां करते हैं तो अही आम छोटिया मोटिया गल्लां दी गल्लां नहीं करते, जो मैं गल्लां करनी है मैं आप दिन में अणगिनत गलतियां करती हाँ, उस तो बाद रात पैंदी है तो मैं मैनू महसूस हुंदा कि ओ मैं किसे नूं हट कीता ही, मैं किसे नूं आ कहता, किसे दे मैं कितने कंडक्ट अगे सुट दिता, बड़ियां चीज़ां मैं फील करती, फिर मैं उन्हूं अगले दिन फिक्स करती हाँ, यह हुंदा तुसीं बनना टुटना तो एक दिन चलते जाना, चलते जाने तो बाद भी तुसीं परफेक्ट नहीं होना, पर मैं जिहड़ियां गल्लां करतीआं टिकटॉक ते उन्होंने अंतिम कहता, उन्होंने धरती का एंड ही कर दिता, वह चंगी वह गंदिया गंदिया चीज़ां नहीं एक्सेप्टेबल, इस जो लोगों को आके कमेंट देंदियां जे ते बड़ियां सीधियां साधियां जां साफ सुथरे भांदे जे तुसीं लोग, आप मुश्किल होवे ते चीकां मार दियां जे है ना, लत्तां बाहां तां खड़ियां कर लैंदियां जे ते दूसरे दी। हाँ जी तुसी कह रहे ही जिन्होंने वाकई दर्द है, जिवें बच्चा नहीं होया, जिवें किसी ने दस्या ही 2 साल उन्हूं ताने माने दे रही हाँ, दस पेनफुल, मेरी हमदर्दी देना, पर जे किसी ने लिखा कि वह सानू पैसे नहीं देंदे, अच्छा इस करके दुखी जे सहुरियां दे हत्थों कि वह तुहानू पैसे नहीं देंदे, जे पैसे देन ते सो सहुरे, जे नहीं तुहानू पैसे देंदे तुसी बच्चे हो कि तुहानू वह अजे तक पालदे फिरन है ना, मैं कि वह क्यों तुहानू पैसे देन सहुरे, क्यों क्यों पैसे देने, इस करके जो तो तुम दुखी जी अपने सहुरियां हथों तो बिल्कुल गलत है कि वह तुम पैसे देने तो फिर सहुरे आ, अच्छा तो तुम गल्लां करने तेरे ना नहीं इदा होया होना है ना, मेरे तो पत्तर तो होया ही नहीं होना थोड़े ना किसी ना भी, मैं तो 15 साल जो मैं तुम्हें देख रहा मैं फुल टाइम जॉब कर रही हाँ, तो मैं इन्ने 15 साल फुल टाइम जॉब की, मेरा सारा पैसा सारा धन खा के 15 साल बाद कर दिता है कि बच्चा नहीं है, तो तुम मैनू दसन आए हो कि सहुरे की होंगे आ, जिहड़ियां वह हैगियां औरतां खून दे थ्रू रोंदियां रिश्तियां नूं वह तो हैगियां, पर बहुत ज़्यादा नहीं होणगियां, हैगियां ने थोड़ियां कि लक्की निकल होंगी उन्हां दे हिस्से नहीं आईयां होणगियां, पर जदों डिवोर्स भी हुंदा वा तो डिवोर्स दे विच भी किते ना किते औरतां किसे रिश्ते दे रूप विच आ ही जांदियां ने, जिवें 20 साल पुरानी स्टोरी आ ते डिवोर्स होया, डिवोर्स तो नहीं बचे करके, पर उत्थे जिहड़ी कल दी छोकरी उहदी भाबी आई उहने अपनी भैण वसाउणी सी, क्योंकि बाहरले मुल्क जो ज़्यादा केस होंगे बाहरले मुल्क इंडिया में
ਰਹਿੰਦੇ, ਹੋਰ ਨਹੀਂ ਜਗ੍ਹਾ 'ਤੇ ਨਾ ਘੱਟ ਹੁੰਦੇ ਹੋਣਗੇ, ਪਰ ਬਾਹਰਲੇ ਮੁਲਕਾਂ 'ਚ ਜ਼ਿਆਦਾ ਹੁੰਦੇ ਆ, ਕਿਉਂਕਿ ਉਹ ਔਰਤਾਂ ਨੇ ਆਪਣੀਆਂ ਹੀ ਰਿਸ਼ਤੇਦਾਰ ਵਸਾਉਣੀਆਂ ਹੁੰਦੀਆਂ ਨੇ, ਗ੍ਰੀਨ ਕਾਰਡ ਸਿਟੀਜ਼ਨ ਬਣਾਉਣਾ ਹੁੰਦਾ, ਤੋ ਲੈ ਆਉਂਦੀਆਂ ਨੇ, ਲੈ ਆਉਂਦੀਆਂ, ਅਤੇ ਉਹ ਵੇਲਾ ਉਡੀਕਣ ਦੀਆਂ ਉਹਨੇ ਵੀ ਕਦੋਂ ਛੁੱਟੀ ਹੋਵੇ ਅਤੇ ਕਦੋਂ ਥਾਂ ਖਾਲੀ ਹੋਵੇ ਅਤੇ ਕਰੀਏ। ਇਸ ਇਹ ਵੀਡੀਓ ਵੀ ਸੱਚੀ ਆ, ਪੂਰੀ ਤਾਂ ਸੱਚੀ ਆ, ਅਤੇ ਇਹਨੂੰ ਵਾਇਰ ਕਰ ਦਿਉ। ਕਈਆਂ ਨੇ ਦਵਾਈਆਂ ਪਾਈਆਂ ਕਿ ਉਹ ਸਹੁਰੇ ਬੁਰੇ ਆ ਜਾਂ ਕੁਛ ਆ, ਮੰਨਦੀ ਹਾਂ ਬੁਰੇ ਹੈਗੇ ਆ, ਹੈ ਨਾ, ਪਰ ਜਿਹੜੀ ਮੈਂ ਗੱਲ ਕਰਨ ਡੀ ਹਾਂ ਉਹਨੂੰ ਤਾਂ ਧਿਆਨ ਨਾਲ ਸੁਣ ਲਓ। ਅਤੇ ਕਈ ਆਉਂਦੇ ਉਹ ਇਹ ਗੱਲ ਪਰਿਵਾਰਾਂ ਦੀ ਕੰਡੇ ਤੁਸੀਂ, ਅਤੇ ਤੁਸੀਂ ਕੀ ਕਰਨੀ ਆ ਜੀ ਕਮੈਂਟ ਦੇ ਕੇ, ਤੁਸੀਂ ਤਾਂ ਪਰਿਵਾਰਾਂ ਦੀ ਗੱਲ ਕਰਨੀ ਆ ਜੀ, ਨਾਲੇ ਮੈਂ ਆਪਣੀ ਥੋੜ੍ਹਾ ਕਰਨ ਡਈ ਹਾਂ, ਤੁਹਾਡੀ ਕਰਨ ਡਈ ਹਾਂ, ਭੈੜੇ ਹੋ ਤੁਹਾਡੀ ਕਰਨ ਡਈ ਹਾਂ, ਤੁਹਾਡੀ ਲੋਕਾਂ ਦੀ ਗੱਲ ਕਰਨ ਡਈ ਹਾਂ, ਮੇਰੀ ਥੋੜ੍ਹਾ ਹੀ ਗੱਲ ਹੋ, ਤੁਹਾਡੀਆਂ ਗੱਲਾਂ ਕਰਨ ਡਈ ਹਾਂ ਅਤੇ ਤੁਹਾਨੂੰ ਹੀ ਦੱਸਣ ਡਈ ਹਾਂ ਵੀ ਤੁਸੀਂ ਕੀ ਕਰਦੇ ਜੇ ਦੁਨੀਆ 'ਚ, ਅਤੇ ਅਸੈਪਟੇਬਲ ਕਿਉਂ ਨਹੀਂ, ਹਰ ਚੀਜ਼ ਅਸੈਪਟੇਬਲ ਇਸ ਧਰਤੀ 'ਤੇ। ਮੇਰਾ ਜੀ ਨਹੀਂ ਕਰਦਾ ਕਿ ਮੈਂ ਕਿਤਾਬ ਫੜਾਂ, ਪੈੱਨ ਫੜਾਂ, ਲੇਜੀ ਪੜ੍ਹੀ ਹਾਂ, ਅਤੇ ਇਸ ਕਰਕੇ ਮੈਂ ਹਰ ਕਹਾਣੀ ਨੂੰ ਇੱਥੇ ਹੀ ਸੁਣਾ ਜਾਣਾ ਵਾਂ। ਮੈਂ ਉਸ ਤਰ੍ਹਾਂ ਚਾਹੁੰਦੀ ਲਿਖਣਾ, ਪਰ ਮੈਨੂੰ ਕੋਈ ਚਾਹੀਦਾ ਵਾ ਰਾਈਟਰ ਕਿ ਜਿਹੜਾ ਮੇਰੇ ਲਾਗੇ ਬਹਿ ਕੇ, ਰਾਈਟਰ ਮੈਂ ਹੋਊਂਗੀ ਲਿਖੇ, ਉਹ ਸਮਝੇ, ਭੇਜ ਦਿਓ ਕੋਈ। ਜਦੋਂ ਆਪਾਂ ਰਿਸ਼ਤਿਆਂ ਦੀਆਂ ਗੱਲਾਂ, ਪਰਿਵਾਰਾਂ ਦੀਆਂ ਗੱਲਾਂ ਕਰਦੇ ਹਾਂ, ਅਤੇ ਕੋਈ ਵੀ ਰਿਸ਼ਤਾ ਪਰਫੈਕਟ ਨਹੀਂ ਹੈਗਾ, ਹਰ ਰਿਸ਼ਤੇ ਵਿੱਚ ਤੂੰ ਤੂੰ ਮੈਂ ਹੁੰਦੀ ਆ, ਪਰ ਤੂੰ ਮੈਂ ਹੁੰਦਿਆਂ ਵੀ ਇੱਕ ਦੂਸਰੇ ਦੇ ਦਾਇਰੇ ਨੂੰ ਧਿਆਨ 'ਚ ਰੱਖਦੇ ਹੋਏ ਉੱਦਾਂ ਦੇ ਉਲਟੇ ਉਲਟੀਆਂ ਕਰਨ ਦੀ ਬਜਾਏ, ਮਤਲਬ ਕਿ ਠੀਕ ਤਾਂ ਚੱਲਦੇ ਜਾਓ ਤਾਂ ਠੀਕ ਆ। ਹਰ ਰਿਸ਼ਤੇ ਵਿੱਚ ਹੁੰਦੀ, ਹਰ ਇੱਕ ਘਰ ਵਿੱਚ ਹੈਗੀ ਆ, ਕੋਈ ਕਿਸੇ ਜਗ੍ਹਾ 'ਤੇ ਪਰਫੈਕਟ ਨਹੀਂ, ਕਿਤੇ ਨਾ ਕਿਤੇ ਗਲਤੀ ਹੋ ਜਾਂਦੀ। ਉਹ ਗਲਤੀਆਂ ਮੈਂ ਉਹਨਾਂ ਗਲਤੀਆਂ ਦੀ ਗੱਲਾਂ ਹੀ ਨਹੀਂ ਕਰਦੀ, ਮੈਂ ਗਲਤੀਆਂ ਗੱਲਾਂ ਉਹਨਾਂ ਲੋਕਾਂ ਦੀਆਂ ਕਰਦੀ ਹਾਂ ਜਿਨ੍ਹਾਂ ਨੇ ਖੂਨ ਦੇ ਅੱਥਰੂ ਵਗਾਏ ਦੂਸਰਿਆਂ ਦੇ ਘਰਾਂ 'ਚ ਆ ਕੇ, ਆਪਣਾ ਨਾ ਖਿਆਲ ਰੱਖੇ, ਆਪਣੇ ਘਰ ਦਾ ਨਾ ਕਰਕੇ ਆਪਣੇ ਪੇਕਿਆਂ ਨੂੰ ਤਾਂ ਇੱਦਾਂ ਬਿਠਾ ਕੇ ਉੱਚੀ ਗੱਦੀ 'ਤੇ, ਅਤੇ ਤੁਸੀਂ ਜਦੋਂ ਆਉਂਦੀਆਂ ਜੀ ਨਾ, ਉਹ ਨਹੀਂ ਸਾਡੇ ਘਰ ਨਹੀਂ ਆ, ਉਹ ਨਾਨਕੇ ਡਰ ਕੇ, ਮੈਂ ਤਾਂ ਗੱਲ ਹੀ ਨਹੀਂ ਕਰਨ ਡੀ ਨਾਨਕੇ ਦਾ ਨਹੀਂ। ਮੈਂ ਤਾਂ ਕਹਿੰਦੀ ਕਿ ਹਰ ਰਿਸ਼ਤਾ ਮੌਜੂਦ ਹੋਣਾ ਚਾਹੀਦਾ ਬੱਚੇ ਦੀ ਜ਼ਿੰਦਗੀ ਵਿੱਚ, ਹਰ ਰਿਸ਼ਤੇ ਦੀ ਮੌਜੂਦਗੀ ਜ਼ਰੂਰੀ ਆ ਉਹਦੀ ਡਿਵੈਲਪਮੈਂਟ ਲਈ। ਮੈਂ ਤਾਂ ਇਹ ਕਹਿ ਨਹੀਂ ਡਈ ਵੀ ਇੱਕ ਹੋਣਾ ਚਾਹੀਦਾ ਇੱਕ ਨਹੀਂ ਹੋਣਾ ਚਾਹੀਦਾ। ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ ਦੋਸਤੋ। ਕਾਫੀ ਰਾਤ ਹੋ ਗਈ ਆ ਪਹਿਲਾਂ, ਅਤੇ ਮੈਂ ਸੋਚਿਆ ਸੋਇਆ ਜਾਏ, ਪਰ ਪਿਛਲੇ 3 ਦਿਨ ਤੋਂ ਮੈਨੂੰ ਕਾਫੀ ਮੇਰੇ ਮਾਇੰਡ ਨੂੰ ਡਿਸਟਰਬ ਕਰ ਰਿਹਾ, ਅਤੇ ਮੈਂ ਹਾਂ ਚਲੋ ਸ਼ੇਅਰ ਕਰਦੇ ਹਾਂ। ਪਰ ਲੋਕਾਂ ਨੇ ਤਾਂ ਅਸੀਂ ਇੰਨਾ ਬਦਲਣਾ ਨਹੀਂ ਆ, ਜੋ ਮਰਜ਼ੀ ਤੁਸੀਂ ਇੱਥੇ ਸ਼ੇਅਰ ਕਰੋ, ਪਰ ਜਿਨ੍ਹਾਂ ਦੇ ਘਰਾਂ ਵਿੱਚ ਹੋਣ ਵਾਲੇ ਆ ਸ਼ਾਇਦ ਉਹਨਾਂ ਨੂੰ ਹੀ ਕੁਝ ਫਾਇਦਾ ਹੋ ਜੇ। ਇਹ ਹਨੇਰੀ ਰਾਤ 3 ਵੱਜ ਗਏ ਆ, ਕਨੇਡਾ ਅਮੈਰੀਕਾ 'ਚ ਪਤਾ ਨਹੀਂ ਕਿੰਨੇ ਮੁੰਡੇ ਅਤੇ ਕਿੰਨੀਆਂ ਕੁੜੀਆਂ ਦੀਆਂ ਰਾਤਾਂ ਹੋਕਿਆਂ 'ਚ ਨਿਕਲਦੀਆਂ ਹੋਣਗੀਆਂ। ਕਿੰਨੇ ਮੁੰਡਿਆਂ ਨੂੰ, ਕੁੜੀ ਦੀ ਗੱਲ ਮੈਂ ਡਰੋਪ ਕਰਦੀ ਹਾਂ ਕਿਉਂਕਿ ਮੈਂ ਫਿਰ ਮੁੰਡੇ ਦੀ ਗੱਲ ਲੈ ਕੇ ਆਉਣ ਲੱਗੀ ਹਾਂ। ਕੁੜੀਆਂ ਵੀ ਹੁੰਦੀਆਂ ਨੇ ਅਤੇ ਮੁੰਡੇ ਵੀ ਹੁੰਦੇ ਆ, ਪਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਸਿਰਫ ਮੁੰਡਿਆਂ ਦੀ ਗੱਲ ਲੈ ਕੇ ਆ ਰਹੀ ਹਾਂ ਜੀ, ਜੋ ਕੁੜੀਆਂ ਦੀ ਲਿਆਉਂਗੀ ਉਹ ਦੱਸ। ਇਸ ਕਹਾਣੀ ਨੂੰ ਅੱਗੇ ਜ਼ਿਆਦਾ ਖਿੱਚਦਿਆਂ ਹੋਇਆਂ ਨਾ ਕਰਦਿਆਂ ਕਿ ਪਰਮਾਤਮਾ ਕੋਲ ਮੈਂ ਪ੍ਰੇਅਰ ਹੀ ਕਰ ਸਕਦੀ ਹਾਂ ਕਿ ਉਹ ਮੁੰਡੇ ਦੇ ਹੋ ਕੇ ਨਾ ਨਿਕਲਣ, ਉਹ ਵਿਚਾਰਾ ਆਪਣੀ ਜ਼ਿੰਦਗੀ ਅੱਗੇ ਲੈ ਕੇ ਚੱਲ ਸਕੇ, ਇਹ ਅੰਧੇਰੀਆਂ ਗਲੀਆਂ 'ਚ ਨਾ ਪੈ ਜੇ। ਮਤਲਬ ਮੈਂ ਇਹੀ ਰੱਬ ਕੋਲ ਅਰਦਾਸ ਕਰ ਸਕਦੀ ਹਾਂ। ਉਹ ਔਰਤ ਜਿਹਨੂੰ ਚਾਹਵਾਂ ਨਾ ਆਉਂਦਾ ਸੀ, ਉਹਨੇ ਬਸ ਤਬਾਹੀ ਮਚਾਤੀ, ਘਰੋਂ ਬੇਕਾਰ ਕਰ ਦਿੱਤਾ ਉਹਨਾਂ ਨੂੰ, ਅਤੇ ਦੂਸਰੇ ਬੱਚੇ ਦੀ ਸ਼ਕਲ ਤੱਕ ਨਹੀਂ ਵੇਖੀ ਉਸ ਮੁੰਡੇ ਨੇ, ਅਤੇ ਬੁੱਢੇ ਮਾਂ ਬਾਪ ਆ, ਅਤੇ ਪਤਾ ਨਹੀਂ ਆ ਵੀ ਉਹ ਵਿਚਾਰਾ ਕੀ ਕਰੇ ਅਤੇ ਕੀ ਨਹੀਂ। ਅਤੇ ਕੁੜੀ ਲਈ ਵੀ ਮਿਲ ਗਿਆ ਕਿ ਚਲੋ ਬੱਚੇ ਨੂੰ ਵੇਖ ਸਕਦਾ ਵਾ ਕੁਛ ਦਿਨ, ਅਤੇ ਉਹਨੂੰ ਸੰਭਾਲੇ, ਕੰਮ 'ਤੇ ਜਾਵੇ। ਵਾਹਿਗੁਰੂ ਜਾਣੇ ਕਿੰਨਾ ਕਿੰਨਾ ਦੁੱਖ ਆ, ਕਿੰਨੀ ਕਿੰਨੀ ਪੇਨ ਆ, ਅਤੇ ਕੀ ਹਾਲ ਹੋਊਗਾ। ਅਤੇ ਇੱਦਾਂ ਦੀਆਂ ਸਾਡੀਆਂ ਬਹੁਤ ਸਾਰੀਆਂ ਪੰਜਾਬੀ ਕੁੜੀਆਂ ਨੇ, ਅਤੇ ਜਦੋਂ ਮੈਂ ਉਹ ਬੋਲਦੀ ਹਾਂ ਅਤੇ ਜਦੋਂ ਵਿੱਚ ਆਉਂਦੀਆਂ ਜੇ ਨਾ ਇੱਦਾਂ ਡੈਣਾ ਬਣ ਕੇ, ਤੂੰ ਤੁਸੀਂ ਜੇ ਤੁਸੀਂ ਜੇ। ਇਸ ਕਰਕੇ ਇਸ ਦੁਨੀਆਂ ਦਾ ਹਾਲ ਤੁਸੀਂ ਵੇਖ ਲਿਆ ਕਿ ਤੁਸੀਂ ਬਿਮਾਰ ਹੋ ਅਤੇ ਲਾਗੇ ਨਹੀਂ ਲੱਗਣਾ, ਕਿ ਬਿਮਾਰੀ ਮਤਲਬ ਜਿਵੇਂ ਕੋਈ ਹਮਦਰਦੀ ਨਹੀਂ ਹੈਗੀ, ਇਨਸਾਨ ਦੇ ਖਤਮ ਹੋਣ ਤੋਂ ਬਾਅਦ ਵੀ ਕੋਈ ਹਮਦਰਦੀ ਨਹੀਂ ਹੈਗੀ, ਹੈ ਨਾ। ਪਰ ਜਿੰਨੇ ਤੁਸੀਂ ਵੇਖੋ ਬਣਾਈ ਵੀ ਚੀਜ਼, ਹੁਣ ਉਹ ਜਦੋਂ ਬਜ਼ੁਰਗਾਂ ਨੂੰ ਬਜ਼ੁਰਗ ਵੀ ਕੀ ਮਤਲਬ ਕਿ ਉਮਰ ਵੇਖਦੇ ਆ ਉਹ, ਕਿ ਇਹ 20 ਸਾਲ ਦਾ, ਇਹ 25 ਸਾਲ ਦਾ, ਇਹਨੇ 5 ਸਾਲ ਜ਼ਿਆਦਾ ਜੀ ਲਿਆ, ਲੈਟ ਹਿਮ ਗੋ। ਮਤਲਬ ਕੁਛ ਮਤਲਬ ਵੈਲਿਊ ਨਹੀਂ ਹੈਗੀ ਇਨਸਾਨ ਦੀ, ਇਹ ਚੀਜ਼ਾਂ ਤਾਂ ਇੱਥੇ ਖਤਮ ਹੋ ਗਈਆਂ। ਪਰ ਜੋ ਸਾਡੇ ਪੰਜਾਬੀ ਲੋਕਾਂ ਨਾਲ, ਜਿਹੜੀਆਂ ਪੰਜਾਬੀ ਔਰਤਾਂ ਨੇ ਜੋ ਕਰ ਰਹੀਆਂ ਨੇ,
ਉਹਨਾਂ ਬਸ਼ਰਮੀ ਦੀਆਂ ਹੱਦਾਂ ਪਾਰ ਕਰ ਦਿੱਤੀਆਂ ਨੇ। ਇਹ ਮੇਲ ਜਿਹੜੀ ਹੈਗੀ ਸੀ ਕਨੇਡਾ ਦੇ ਵਾਸੀ ਦੀ ਸੀ। ਇਨਸਾਨ ਸੋਚਦਾ ਵਾ ਕਿ ਚਲੋ ਆਪਣੇ ਤੋਂ ਥੋੜ੍ਹਾ ਜਿਹਾ ਛੋਟੇ ਘਰ ਦੀ ਕੁੜੀ ਲੈ ਆਉਂਦੇ ਹਾਂ ਅਤੇ ਉਹ ਇੱਜ਼ਤ ਵੀ ਕਰੂਗੀ ਔਰ ਉਹਨਾਂ ਦੀ ਇੱਕ ਜ਼ਰੂਰਤ ਵੀ ਹੋਊਗੀ ਅਤੇ ਸਤਿਕਾਰ ਨਾਲ ਰਹੂਗੀ, ਪਰ ਇੱਦਾਂ ਨਹੀਂ ਹੁੰਦਾ। ਅਤੇ ਫਿਰ ਉਹ ਔਰਤ ਚਲੇਗੀ, ਉਸ ਲੜਕੇ ਦੀ ਵਿਚਾਰੇ ਦੀ ਚਲੇਗੀ, ਬੱਚੇ ਦਾ ਹੱਕ ਮਿਲ ਗਿਆ, ਦੂਜੇ ਬੱਚੇ ਦੀ ਸ਼ਕਲ ਹੀ ਨਹੀਂ ਵੇਖੀ। ਘਰ ਬਾਹਰ ਵਿਕਣ 'ਤੇ ਆ ਗਿਆ, ਮਤਲਬ ਕਿ ਸੜਕ 'ਤੇ ਆ ਜਾਣਾ ਉਹਨੇ। ਉਸ ਫਿਰ ਬੰਦੇ ਨੇ, ਉਸ ਸਹੁਰੇ ਪਰਿਵਾਰ ਨੇ ਕੀ ਕੱਢਿਆ, ਇਸ ਤਰ੍ਹਾਂ ਦੀਆਂ ਜਿਨਸਾਂ ਲਿਆ ਕੇ ਕਿ ਜਿਹੜਾ ਘਰ ਉਹਨਾਂ ਨੇ ਉਹਦੇ ਆਉਣ ਤੋਂ ਪਹਿਲਾਂ ਬਣਾਇਆ ਹੁੰਦਾ ਵਾ, ਜਿਸ ਵਿੱਚ ਉਹਨੂੰ ਪਾਣੀ ਵਾਰ ਕੇ ਨਗਾਇਆ ਹੁੰਦਾ ਅਤੇ ਜਿਸ 'ਚ ਕਿੰਨੇ ਚਾਵਾਂ ਦੇ ਨਾਲ ਉਹਨੂੰ ਸਜਾਇਆ ਹੁੰਦਾ ਵੀ ਇਹ ਸਾਡੇ ਘਰ ਦੀ ਮਹਾਰਾਣੀ ਆ, ਅਤੇ ਉਹ ਉਸ ਘਰ ਦਾ ਹੀ ਬੇੜਾ ਗਰਕ ਕਰਕੇ ਅਤੇ ਉਹਨਾਂ ਨੂੰ ਵੀ ਸੜਕ 'ਤੇ ਜਾਣ ਲਈ ਮਜਬੂਰ ਕਰ ਦਿੰਦੇ ਆ ਔਰਤਾਂ। ਇਹਨੇ ਕੁਛ ਔਰਤਾਂ ਇੰਨੀਆਂ ਖਤਰਨਾਕ। ਫਿਰ ਉਹ ਇਸ ਤਰ੍ਹਾਂ ਕਰਦਿਆਂ ਇੱਕ ਦਿਨ ਚਲੀ ਜਾਂਦੀਆਂ, ਛੱਡ ਕੇ ਚਲੀ ਜਾਂਦੀਆਂ, ਕੁੱਟ ਖਾਂਦੀਆਂ, ਪੁਲੀਸਾਂ ਆਉਂਦੀਆਂ, ਸਾਰਾ ਕੁਛ ਹੁੰਦਾ, ਪਰ ਇਹ ਸਾਰਾ ਡਰਾਮਾ ਇੱਕ ਦਿਨ ਓਵਰ ਹੋਣਾ ਹੀ ਹੁੰਦਾ ਅਤੇ ਉਹ ਹੋ ਜਾਂਦਾ ਅਤੇ ਉਹ ਚਲੇ ਜਾਂਦੀਆਂ। ਪਰ ਇੱਥੇ ਜਿਹੜੀ ਚੀਜ਼ ਲਈ ਮੇਰਾ ਬ੍ਰਦਰ ਸਹਿਕਿਆ, ਉਹਦੇ ਲਈ ਇੱਥੇ ਕਈ ਮੁੰਡਿਆਂ ਨੂੰ ਨਹੀਂ ਸਹਿਕਣਾ ਪੈਂਦਾ। ਉਹ ਪੈਸਾ ਇੰਨਾ 70-80 ਹਜ਼ਾਰ ਲਾ ਕੇ ਤੋ ਇੱਥੋਂ ਤੱਕ ਲੈ ਲੈਂਦੇ ਆ ਆਪਣੇ ਬੱਚੇ ਦਾ ਹੱਕ ਕਿ ਉਹ ਬੱਚਿਆਂ ਨੂੰ ਮਿਲ ਸਕਣ, ਬੱਚੇ ਆਪਣੇ ਨੂੰ ਮਿਲ ਸਕਣ, ਅਤੇ ਮਿਲਦੇ ਆ। ਪਰ ਉਹਨਾਂ 'ਚੋਂ ਵੀ ਮਤਲਬ ਕਿ ਉਹ ਇੱਕ ਤਾਂ ਇੰਨਾ ਖਰਚਾ ਹੋ ਜਾਂਦਾ ਅਤੇ ਬਾਅਦ 'ਚ ਪਤਾ ਲੱਗਦਾ ਕਿ ਔਰਤ ਤਾਂ ਪ੍ਰੈਗਨੈਂਸੀ, ਦੂਜਾ ਬੱਚਾ ਹੋਇਆ ਤਾਂ ਦੂਜੇ ਬੱਚੇ ਦੀ ਜਿਹਦੇ ਪਿਓ ਦੇ ਸਪਰਮ ਪਏ ਹੋਏ ਆ। ਬਦਕਿਸਮਤ ਉਹ ਬਾਪ ਆਪਣੇ ਬੱਚੇ ਦੀ ਸ਼ਕਲ ਹੀ ਵੀ ਨਹੀਂ ਵੇਖਦਾ, ਉਹਨੂੰ ਪਤਾ ਹੀ ਨਹੀਂ ਵੀ ਬੱਚਾ ਕਿਹੋ ਜਿਹਾ। ਅਤੇ ਮੈਂ ਕਿਹਾ ਵੀ ਤੂੰ ਕਿਉਂ ਰੋਣ ਡਿਆ? ਫਿਰ ਇਹੋ ਜਿਹੀਆਂ ਕੁੜੀਆਂ, ਮਤਲਬ ਇਹ ਨਹੀਂ ਕਿ ਇੰਡੀਆ ਪਾਕਿਸਤਾਨ ਸਭ ਜਿੰਨੀਆਂ ਦੇਸੀ ਨੇ, ਸਾਰੀਆਂ ਨੇ ਉਹ ਹੀ ਦੱਸੀਆਂ, ਗਿਰੇ ਹੋਏ ਖਾਨਦਾਨਾਂ ਦੀਆਂ ਕੁੜੀਆਂ ਜਾਦੂ ਟੂਣੇ ਵੀ ਮਕਾਉਂਦੀਆਂ ਨੇ। ਇੱਥੇ ਬੈਠੀਆਂ ਉਹਨਾਂ ਦੇ ਘਰ ਦੇ ਪਿਛਲੇ ਜਾਦੂ ਟੂਣੇ ਕਰਦੇ ਆ, ਜਾਦੂ ਟੂਣੇ ਵੀ ਮਕਾਉਂਦੀਆਂ ਨੇ, ਆਦਮੀ ਨੂੰ ਜਾਦੂ ਟੂਣਾ ਕਰਦੀਆਂ, ਘਰਦਿਆਂ ਨੂੰ ਕਰਦੀਆਂ ਨੇ ਵੀ ਪਤਾ ਨਹੀਂ ਉਹ ਕਿਹੜੇ ਜਾਦੂ ਟੂਣੇ ਆ ਜਿਨ੍ਹਾਂ ਨਾਲ ਉਹ ਪਿੱਛੇ ਲੱਗ ਜਾਂਦੇ ਆ। ਅਤੇ ਜਦੋਂ ਆਦਮੀ ਨੂੰ ਪਤਾ ਲੱਗਦਾ ਵਾ ਵੀ ਜਿਹਨੂੰ ਮੈਂ ਪਿਆਰ ਕਰਨ ਡਿਆ ਵਾਂ ਉਹ ਤਾਂ ਕੁਛ ਹੋਰ ਹੀ ਗੇਮਾਂ ਖੇਡ ਰਹੀ ਆ, ਤੁਸੀਂ ਦੁਨੀਆ ਕਿਵੇਂ ਟੁੱਟ ਜਾਂਦੀ ਹੋਗੀ, ਕਿੰਨੀ ਚੀਰੋ ਚੀਰ ਹੋ ਜਾਂਦੀ ਹੋਗੀ, ਕਿਵੇਂ ਉਹ ਟਿਕ ਜਾਂਦਾ ਹੋਊਗਾ। ਪਰ ਫਿਰ ਵੀ ਉਹਦੇ ਨਾਲ ਲੱਗਾ ਰਹਿੰਦਾ ਵਾ ਵੀ ਚਲੋ ਕੋਈ ਗੱਲ ਨਹੀਂ, ਇਹਨਾਂ ਚੀਜ਼ਾਂ ਨੂੰ ਹੋ ਪਰੇ ਕਰਕੇ ਮਤਲਬ ਕਿ ਕੋਈ ਨਹੀਂ ਆ। ਖੈਰ ਜਦੋਂ ਉਹ ਮੁੰਡਾ ਸੁਣੂਗਾ ਤਾਂ ਸ਼ਾਇਦ ਸੋਚੇ ਵੀ ਮੈਂ ਪੂਰੀ ਤਾਂ ਕਹਾਣੀ ਨਾਲ ਇਨਸਾਫ ਨਹੀਂ ਕਰ ਸਕੀ। ਉਹ ਬਹੁਤ ਰੋਂਦਾ ਸੀ, ਉਹ ਬੜੇ ਚਾਅ ਨਾਲ ਲੈ ਕੇ ਆਇਆ ਸੀ ਕਿ ਛੋਟੇ ਘਰਦੇ ਆ, ਸਾਰਾ ਕੁਛ ਘਰਦਿਆਂ ਨੇ ਕਿਹਾ ਕਿ ਇੱਦਾਂ ਕਰਾ ਲਾ, ਵਧੀਆ ਵਾ, ਸਾਡੇ ਕੋਲ ਸਾਰਾ ਕੁਝ ਰੱਬ ਦਾ ਦਿੱਤਾ ਹੋਇਆ ਵਾ। ਪਰ ਉਹ ਆਉਂਦਿਆਂ ਹੀ ਬਸ ਸ਼ੁਰੂ ਹੋ ਗਈ ਪਿੱਛੇ ਤਾਲਮੇਲ, ਭੁੱਖ ਨੰਗ ਆਪਣੇ ਉੱਥੇ। ਚਲੋ ਘਰਦੇ ਪੇਰੈਂਟਸ ਤਾਂ ਕਿਸੇ ਦੇ ਵੀ ਭੁੱਖੇ ਨੰਗੇ ਨਹੀਂ ਹੁੰਦੇ, ਪਰ ਜਦੋਂ ਇੱਦਾਂ ਦੀਆਂ ਜਿਨਸਾਂ ਇੱਦਾਂ ਦੇ ਕੰਮ ਕਰਨ ਲੱਗ ਪੈਂਦੀਆਂ ਤਾਂ ਉਹਨਾਂ ਨੂੰ ਨੀਵੇਂ ਦਿਖਾਉਣਾ ਪੈਂਦਾ ਇਹਨਾਂ ਗੱਲਾਂ ਵਿੱਚ। ਅਤੇ ਉਹ ਮਤਲਬ ਕਿ ਇਹਨਾਂ ਨੂੰ ਮਤਲਬ ਕਿਸੇ ਤਾਂ ਇਹਨਾਂ ਤੋਂ ਛੁਟਕਾਰਾ ਹੋ ਜੇ, ਕਈ ਤਰ੍ਹਾਂ ਦੇ ਬਹਾਨੇ ਕਹਾਣੀਆਂ ਕੱਢਦੀਆਂ ਰਹਿੰਦੀਆਂ ਆਪਣੇ ਦਿਮਾਗ ਦੇ ਵਿੱਚ। ਉਹ ਇੱਕ ਜਦੋ ਜਦ ਉਹਨਾਂ ਦੀ ਜਾਰੀ ਹੁੰਦੀ ਆ, ਫਿਰ ਤੁਸੀਂ ਤੁਹਾਨੂੰ ਉੱਥੋਂ ਹੀ ਨਾ ਆਓ, ਅਤੇ ਜੇ ਉੱਥੋਂ ਆ ਗਈਆਂ ਜੇ ਤਾਂ ਦੂਸਰੇ ਦਿਨ ਹੀ ਉਹ ਮੁੰਡੇ ਦੀ ਛੁੱਟੀ ਕਰ ਦਿਉ ਅਤੇ ਕਹੋ ਕਿ ਅਸੀਂ ਤੇਰੇ ਲਈ ਨਹੀਂ ਆਏ, ਕਿਉਂ ਬੇਵਕੂਫੁੱਲੂ। ਜਦੋਂ ਮੈਂ ਇਹ ਗੱਲ ਕਰਨ ਡਈ ਹਾਂ ਤਾਂ ਮੈਂ ਨਹੀਂ ਕਹਿਣ ਡਈ ਕਿ ਉਹ ਲੜਕੇ ਦੀ ਪੂਰੀ ਤਾਂ ਨਹੀਂ ਇੱਦਾਂ ਦੱਸਣ ਡਈ, ਕਿਉਂਕਿ ਇਹ ਕਹਾਣੀ ਉਹਦੇ ਘਰ ਦੀ ਇਕੱਲੇ ਦੀ ਨਹੀਂ ਸੁਣਾ ਕਹਾਣੀ, ਇਹ ਮੇਰੇ ਘਰ ਦੀ ਕਹਾਣੀ ਆ, ਉਹਦੇ ਦੀ, ਤੇਰੇ ਦੀ, ਤੇਰੇ ਦੀ, ਤੇਰੇ ਦੀ, ਕਈਆਂ ਘਰਾਂ ਦੀ ਹੈ। ਅਤੇ ਕਈ ਸਕਿੱਪ ਵੀ ਹੋ ਗਏ, ਜਿਹੜੇ ਸਕਿੱਪ ਹੋ ਗਏ ਆ ਉਹਨਾਂ ਦੀ ਤਾਂ ਜ਼ਿਆਦਾ ਉੱਚੀ ਹੋ ਗਈ, ਉਹਨਾਂ ਨੂੰ ਸ਼ੁਕਰ ਕਰਨਾ ਚਾਹੀਦਾ ਖੁਦਾ ਦਾ, ਰੱਬ ਦਾ, ਕਿ ਵਾਹਿਗੁਰੂ ਬਚ ਗਏ ਅਸੀਂ ਇਹਨਾਂ ਵਾਂਗੂ ਬੇਵਕੂਫ ਨਹੀਂ ਬਣੇ। ਪਰ ਇਹ ਪ੍ਰਾਊਡ ਨਾ ਕਰੋ ਕਿ ਅਸੀਂ ਬੜੇ ਅਕਲਮੰਦ ਹਾਂ ਤਾਂ ਅਸੀਂ ਬਚ ਗਏ, ਨਾ 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 ਬੇਟਾ, ਤੁਸੀਂ ਇੱਦਾਂ ਨਹੀਂ ਬਚੇ, ਬਚ ਗਏ ਮਤ ਕਿ ਬਚ ਗਏ ਇਹਨਾਂ ਗੰਦੀਆਂ ਜਿਨਸਾਂ ਤੋਂ। ਅਤੇ ਉਹ ਔਰਤ
जिस आदमी ना आँदी आ सौंदी आ उन्हें बच्चे पैदा कर दी आ पर प्यार नहीं है उन्हें कि बार भी खे खा लेंदियां ने ते बाद विच अपने कर्दियां दे लई ते सारा कुछ ही चलो ते इन्हां नूं भी ते कुछ कर लो 1% जिन्हां चलो वो लड़के की गल करते हैं ना इस मुल्क चो गया होगा कि चलो शादी करो किन्ना चा मिला हुंदा ते घर भी बसना हुंदा सारा कुछ एक फ्यू इन्ना मतलब कि फ्यूचर बनना हुंदा वो लैके आउंदा वा अगले ते घर वाले ते चा इन्ना करन डे हुंदे आ कि वो आई औरत ते उन्हां दे किते अनलिमिटेड सुपने हुंदे आ कि इहो ही घर संभालूगी इहो ही सारी है सारा कुछ ये सपोर्ट करना है वा ते पर वो कुछ गेमां होर ही करन डे हुंदे आ वो अपने घरदियां नूं दसन डे हुंदे भी मैं इत्थों तक मेरी पहुँच गई आ पोजिशन ते हुण जल्दी आपां तुहानूं सारिआं नूं सदना ते वै सदना ते वैसे भी हुंदा ही आ कुड़ियां ने जां मुंडिआं ने जिहड़े भी इत्थे आए आ पर इदां क्यों रिश्ते तोड़ के क्यों सददे जे वैसे भी। हाँ जी दोस्तों तुहानूं कहानियां सुनणियां बहुत पसंद आ मैं तुहानूं सारे अपने शरीर दे एक चीज़ दे दिखाऊंगी कित्थे कित्थे की हिस्ट्री लिखी गई आ वेखो आ मेरे काला होया कदी नहीं मिटिया किन्ने साल हो गए 50 साल मैं जो छोटी हुंदी सी ना ते अहीं इधर पहलों रहिंदे सी मतलब जिथे अपने घर रहिंदे सी ते मेरे दादा जी रोज़ शाम नूं 6 बजे अमृतसर तों जो मोटरसाइकिल ते आउंदे हुंदे मैं उपरों वेखदी रहिंदी वो कदों आए ते मैं भज के उत्थे जांदी वो मैनूं राइड देंदे पर उन्हां दा घर अग्गे हुंदा सी थोड़ी जी पहाड़ी जी चढ़ के जाईदा सी ते उन्हां ने उन्हां दे घर तक वो मैनूं राइड देंदे हुंदे सी ते इक दिन मैं उत्थों बैठी हुई ते रस्ते च उन्हां नूं कोई मिल गया तो उहदे नाल गप शप मारन लग पे ते मैं पिछे रुक गई ते मैं सलेंसर ना अपनी लत्त ला ली पूरी बर्न हो गई मैं किसे नूं दस्सिया भी नहीं ते अज तक बर्न आ मतलब पहलों मैं बहुत शाई परसन हुंदी जिथे मैनूं खलारे मैं उत्थे खड़ी रहिंदी हाँ कुछ नहीं डरदी पर खैर हुण ना ट्राई करियो हुण दुनिया ने मैनूं डिफरेंट कर दिता होर भी तुहानूं अंगां दी दस दी आ कित्थे कित्थे की होया।